एक बार फिर जिन्हें भी दर्शक एस टी वी प्रोग्राम नू देख रहे हैं उन्हां दा फिर एक बार स्वागत आ। मेरे नाल स्टूडियो दे विच बाबा नज़मी जी हैं जिहड़े कि पाकिस्तान के नामवर शायर हैं। इन्हां नाल सानू अज बैठण दा मौका मिलिया। तुसीं पहले जिहड़े अपना हफ्ता प्रोग्राम सी उहदे विच इन्हां दी अपनी जिंदगी दे बारे, इन्हां ने अपने संघर्ष दे बारे, इन्हां ने अपने जिन्हें भी इन्हां दे अनुभव सी उहदे बारे इन्हां ने थोड़ा जिहा शेयर कीता। तो हुण असीं इन्हां दे नाल फर्दर गल्लबात ते गुफ्तगू करन जा रहे हां। तो असीं इन्हां नूं पुछ रहे हां कि जिस तरीके नाल अपना 1947 तो बाद दो हिस्सों के अपना मुल्क वंडिया गया और बहुत सारे लोगों को मुड़ के नवी तरह एक जिंदगी शुरू करनी पई। उस तरह ही अज के जमाने के भी बहुत सारे लोग दोनों मुल्कों के पिछों दूसरे देशों के जा के रह रहे हैं। कोई रोजी रोटी के लिए रह रहा, कोई उच्च विद्यालय प्राप्त करने लै रहा, कोई हर एक का अपना अपना। सो असी उस चीज़ तो असी मुड़ के फिर बाबा नज़मी जी होना के विचार जानने चाहवागे कि तुसी किस तरह देखते हो कि अज आपां नूं मुल्क क्यों छड़ना पै रहा अगर अपने मुल्क। मेरा ख्याल है कि तुसा सवाल करके ते उहदे विच लगदा कि थोड़ा जिहा जवाब जिहड़ा है ਉਹ ਵੀ ਕੁਝ ਛੱਡਿਆ ਉਹ ਸਵਾਲ ਦੇ ਵਿੱਚ ਕਿ ਕਿਸ ਤਰ੍ਹਾਂ ਨਿਕਲੇ। ਦੇਸ਼ਾਂ ਦੀ ਵੰਡ ਹੋ ਗਈ, ਓਕੇ, ਅਸੀਂ ਮੰਨ ਲਿਆ, ਤਸਲੀਮ ਕਰ ਲਿਆ। ਹੁਣ ਇਹ ਪਰਵਾਨ ਕਿਸ ਤਰ੍ਹਾਂ ਛੱਡੇ ਜਾਂ ਜਿਹੜੀ ਮੁੱਢਲੀ ਮਸਲੇ ਸਨ, ਮਸਾਇਲ ਸਨ, ਇੱਥੇ ਕਿਸ ਤਰ੍ਹਾਂ ਹੱਲ ਹੋਏ? ਤੁਸੀਂ ਇੱਧਰੋਂ ਇੱਧਰ ਜਾਣ ਵਾਲਿਆਂ ਨੇ, ਉੱਧਰੋਂ ਇੱਧਰ ਆਉਣ ਵਾਲਿਆਂ ਨੇ ਆਪਣੀ ਜ਼ਿੰਦਗੀਆਂ ਨੂੰ ਕਿਸ ਤਰ੍ਹਾਂ ਸਟਾਰਟ ਕੀਤਾ? ਮੈਂ ਤਾਂ ਉਹਦੇ ਬਾਰੇ ਸੇਨਾ ਨਹੀਂ ਜਾਣਦਾ ਕਿਉਂਕਿ ਮੈਂ ਉਸ ਵੇਲੇ ਪੈਦਾ ਵੀ ਨਹੀਂ ਸੀ ਹੋਇਆ ਜਦੋਂ ਉੱਨੀ ਸੌ ਸੰਤਾਲੀ ਦੇ ਵਿੱਚ ਇਹ ਤਕਸੀਮ ਹੋਈ, ਵੰਡ ਹੋਈ, ਅਤੇ ਉਦੋਂ ਮੈਂ ਪੈਦਾ, ਮੈਂ 6 ਸਤੰਬਰ 1948 'ਚ ਪਾਕਿਸਤਾਨ ਪੈਦਾ ਹੋਇਆ ਲਾਹੌਰ ਦੇ ਵਿੱਚ। ਲੇਕਿਨ ਮੈਨੂੰ ਜਵਾਨੀ ਦੇ ਨਾਲ ਨਾਲ ਜੋ ਮੈਂ ਉੱਕੜਾਂ ਵੇਖੀਆਂ ਆਪਣੇ ਮਾਪਿਆਂ ਦੀਆਂ, ਜੀ ਜੀ, ਕਿਉਂਕਿ ਉਹ ਜਿਹੜਾ ਦਿਹਾੜੇ ਸਨ ਲੈ ਕੇ ਤਾਂ ਕੋਈ ਵੀ ਕੁਝ ਨਹੀਂ ਸੀ ਆਇਆ, ਬਿਲਕੁਲ ਸਭ ਕੁਛ। ਜ਼ਿਆਦਾ ਜ਼ਿਆਦਾ ਕਿਸੇ ਕੋਲ ਪੈਸੇ ਹੋਣਗੇ ਜਾਂ ਲੀੜਾ ਕੱਪੜਾ, ਇਹ ਕੋਈ ਸਾਰਾ ਕੋਠਾ ਤਾਂ ਕੋਈ ਨਹੀਂ ਚੁੱਕ ਰਿਹਾ, ਡੰਗਰ ਤਾਂ ਸਾਰੇ ਨਹੀਂ ਸੀ ਲੈ ਕੇ ਕੋਈ ਆ ਗਿਆ, ਡੰਗਰ ਤਾਂ ਸਾਰਾ ਨਾ ਇੱਧਰੋਂ ਕੋਈ ਲੈ ਕੇ ਗਿਆ ਸੀ ਨਾ ਉੱਧਰੋਂ ਕੋਈ ਲੈ ਕੇ, ਕੋਈ ਅਗਰ ਕੋਈ ਲੈ ਗਿਆ ਸੀ ਵਿੱਚੋਂ ਤਾਂ ਖੁਸ਼ ਨਸੀਬ ਸੀ। ਅੱਛਾ, ਲੇਕਿਨ ਇੱਧਰ ਆ ਕੇ ਫਿਰ ਕੁਛ ਚਾਤਰ ਲੋਕਾਂ ਨੇ ਜਿਹੜੇ ਇੱਧਰੋਂ ਕਬਜ਼ਾ ਛੱਡ ਗਏ ਸਨ ਘਰ, ਉਹਨਾਂ ਲੋਕਾਂ 'ਤੇ ਕਬਜ਼ਾ ਕਰ ਲਿੱਤਾ। ਫਿਰ ਉਹਨਾਂ ਕੋਲ ਕਿਸ ਤਰੀਕੇ ਨਾਲ ਪੈਸੇ ਕਮਾਏ ਔਰ ਉਹਦੇ ਕਲੇਮਾਂ ਦੇ ਵਿੱਚ ਉਹਨਾਂ ਨੂੰ ਜਿਹੜੇ ਜਿਹਨਾਂ ਨੇ ਇਹ ਆਣ ਕੇ ਦੱਸਿਆ ਸੀ ਕਿ ਉੱਧਰ ਸਾਡੀ ਇੰਨੀ ਜ਼ਮੀਨ ਸੀ, ਉਹਨਾਂ ਨੂੰ ਜ਼ਮੀਨ ਮਿਲ ਗਈ। ਅੱਛਾ, ਉਹ ਜ਼ਮੀਨ ਜਾਂ ਕਿਸੇ ਕਈਆਂ ਨੇ ਦੱਸਿਆ ਕਿ ਜੀ ਸਾਡੇ ਘਰ ਉੱਥੇ ਸਨ, ਉਹਨਾਂ ਨੂੰ ਇੱਧਰ ਪਾਕਿਸਤਾਨ ਦੇ ਵਿੱਚ ਘਰ ਮਿਲ ਗਿਆ, ਬੜੀ ਦੇਰ ਤੱਕ ਮਿਲਦੇ ਰਹੇ। ਲੇਕਿਨ ਜਿਹੜੇ ਚਾਤਰ ਸਨ ਉਹਨਾਂ ਨੇ ਕੀਤਾ, ਜੇ ਸਾਦਾ ਲੋਕ ਸਨ ਉਹਨਾਂ ਨੂੰ ਫਿਰ ਕੱਖ ਨਹੀਂ ਲੱਭਾ ਜੀ। ਉਹਨਾਂ ਨੇ ਮਤਲਬ ਕਿ ਮੇਰੇ ਮਾਪਿਆਂ ਨੇ ਖੁਦ ਘਰ ਲੈ ਕੇ, ਮਤਲਬ ਕਿ ਉਦੋਂ 2-3 ਸਾਲ ਬਾਅਦ ਉੱਥੇ ਲਾਹੌਰ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ 3.5 ਮਰਲੇ ਦਾ ਇੱਕ ਪਲੋਟ ਜਿਹਾ ਲੈ ਲਿੱਤਾ। ਉਦੋਂ ਬੜਾ ਸਸਤਾ ਸੀ, ਕੌੜੀਆਂ ਦੋ ਮਾਮੂਲੀ ਪੈਸੇ, ਮਾਮੂਲੀ, ਲੇਕਿਨ ਉਦੋਂ ਉਹ ਦੌਰ ਸੀ, ਉਦੋਂ ਮਿਲ ਗਿਆ। ਸਾਡੇ ਇਲਾਕੇ ਦੇ ਵਿੱਚ ਬੜਾ ਇੱਕ ਖੂਨ ਦਾ ਸੀ, ਲੋਕ ਆਮ ਸਾਦਾ ਜ਼ਿੰਦਗੀ ਗਲੀਆਂ ਦੇ ਵਿੱਚ ਸੌਂਦੇ ਸਨ, ਬਾਜ਼ਾਰਾਂ ਦੇ ਵਿੱਚ ਤੰਦੂਰਾਂ ਅਤੇ ਰੋਟੀਆਂ ਗਲੀਆਂ ਦੇ ਵਿੱਚ ਲੱਗਦੀਆਂ ਸਨ, ਇੱਕ ਦੂਜੇ ਨੂੰ ਮੁਹੱਬਤਾਂ। ਅੱਜ ਇਹ ਹੋ ਗਿਆ ਕਿ ਅਸੀਂ ਘਰ ਤਾਂ ਸਾਡੇ ਵੱਡੇ ਹੋ ਗਏ, ਮਨ ਸਾਡੇ ਛੋਟੇ ਹੋ ਗਏ, ਅਸੀਂ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਰਹੇ। ਸਾਡੀਆਂ ਜਨਰੇਸ਼ਨਾਂ ਜਿਹੜੀਆਂ ਨੇ ਤਕਸੀਮ ਦਰ ਤਕਸੀਮ ਸਰਮਾਇਆ ਦੇ ਹਵਾਲੇ ਨਾਲ ਵੀ, ਔਰ ਅੱਛਾ ਫਿਰ ਉਹ ਕੁਛ ਬਹੁਤ ਸਾਰਾ ਕਿ ਯਾਰ ਇਹ ਅੱਛਾ ਜ਼ਾਤਾਂ ਪਾਤਾਂ ਦਾ ਵੀ ਬੜਾ ਰੌਲਾ ਹੈ। ਜ਼ਾਤਾਂ ਪਾਤਾਂ ਨੇ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ, ਜਿਹਦੇ ਅਸੀਂ ਹਾਮੀ ਨਹੀਂ ਹਾਂ ਕਿ ਇਹ ਜ਼ਾਤਾਂ ਪਾਤਾਂ ਜਿਹੜੇ ਵੱਡੀਆਂ ਜ਼ਾਤਾਂ ਵਾਲੇ ਨੇ ਉਹ ਛੋਟਿਆਂ ਨੂੰ, ਜਿਹਨਾਂ ਨੂੰ ਅਸੀਂ ਕਮੀ ਕਹਿੰਦੇ ਹਾਂ, ਉਹਨਾਂ ਨੂੰ ਛੋਟਾ ਸਮਝਦੇ, ਉਹਨਾਂ ਨੂੰ ਅੱਛੀ ਅੱਖ ਨਾਲ ਨਹੀਂ ਵੇਖਦੇ। ਅੱਛਾ, ਉਹ ਭਾਵੇਂ ਪੈਸੇ ਵਾਲਾ ਵੀ ਅਮੀਰ ਵੀ ਹੋਵੇ ਲੇਕਿਨ ਰਿਸਪੈਕਟ ਨਹੀਂ ਦਿੰਦੇ ਉਹਨੂੰ ਜੀ, ਹੈ ਪੈਸੇ ਵਾਲਾ ਹੈ ਲੇਕਿਨ ਜਿਹੜਾ ਵੱਡੀ ਜ਼ਾਤ ਵਾਲਾ ਹੈ ਉਹ ਉਹਨੂੰ ਇੱਜ਼ਤ ਨਹੀਂ ਦਿੰਦਾ, ਔਰ ਬਲਕਿ ਬਾਜ਼ਕਾ ਤਾਂ ਉਹਨੂੰ ਗਲਤ ਤਰੀਕੇ ਨਾਲ ਵੀ ਉਹ ਬੋਲਦਾ, ਉਹਨੂੰ ਗਲਤ ਵੀ ਕਹਿੰਦਾ। ਇਸ ਤਰ੍ਹਾਂ ਸਾਡੀ ਲੇਕਿਨ ਵੰਡ ਜਿਹੜੀ ਅਸਲ ਮਸਲਾ ਜਿਹੜਾ ਨਾ ਹਿਜਰਤ ਸਫ਼ਰ ਪੈੜਾ ਜੀ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇਹ ਇਨਸਾਨੀ ਫਿਤਰਤ ਹੈ ਜੀ, ਆਦਤ ਉਹਦੇ ਵਿੱਚ ਹੈ, ਉਹਦੀ ਖੂਨ 'ਚ ਸ਼ਾਮਿਲ ਹੈ ਕਿ ਮੈਂ ਅੱਗੇ ਵਧਾਂ। ਉਹ ਛੋਟਾ ਜ਼ਰਾ ਜਿਹਾ ਬੰਦਾ ਪੜ ਜਾਂਦਾ ਅਤੇ ਉਹ ਕਹਿੰਦਾ ਹੀ ਹੈ ਕਿ ਹੁਣ ਮੈਂ ਇੱਕ ਮੈਂ ਪਿੰਡ 'ਚ ਪੈਦਾ ਹੋਇਆ, ਉੱਥੇ ਮੈਂ ਬੀ ਏ ਕਰ ਲਿਆ, ਬੀ ਏ ਤਾਂ ਮੈਂ ਕਰ, ਹੁਣ ਬੀ ਏ
ਉਹਦਾ ਜਿਹੜਾ ਉਹਨੂੰ ਕਰਨ ਦੇ ਮੁਤਾਬਕ ਉਹਨੂੰ ਨੌਕਰੀ ਚਾਹੀਦੀ, ਬਿਲਕੁਲ ਉਹਨੂੰ ਨੌਕਰੀ ਚਾਹੀਦੀ, ਉਹਨੂੰ ਉਹਨੂੰ ਉੱਥੇ ਉਹ ਸਾਹੂਕਾਰ ਸੀ ਤੇ ਨੌਕਰੀ ਨਹੀਂ ਮਿਲ ਸਕਦੀ, ਉੱਥੇ ਤੇ ਅਦਾਰਾ ਹੀ ਕੋਈ ਅਦਾਰਾ, ਉਹਨੂੰ ਫਿਰ ਨੌਕਰੀ ਜਦੋਂ ਮਿਲੇਗੀ ਵੱਡੇ ਸ਼ਹਿਰ 'ਚ ਮਿਲੇਗੀ ਤੇ ਵੱਡੇ ਸ਼ਹਿਰ 'ਚ ਉਹਨੂੰ ਹਿੱਜਰਤ ਕਰਨੀ ਪਵੇਗੀ, ਜਦੋਂ ਉੱਥੋਂ ਉਹ ਸਫ਼ਰ ਕਰੇਗਾ ਤੇ ਉਹਦੇ ਨਾਲ ਉਹਦੀ ਫੈਮਿਲੀ ਵੀ ਹਿੱਜਰਤ ਕਰੇਗੀ ਔਰ ਉਹਦੇ ਨਾਲੋਂ ਉੱਥੇ ਬਿਹਤਰ ਹੋਵੇਗਾ, ਲਹਿਜ਼ਾ ਉਹ ਪਿੰਡ ਉਹਨੂੰ ਭੁੱਲ ਜਾਏਗਾ, ਇੱਕ ਟਾਈਮ ਆਏਗਾ ਕਦੀ ਯਾਦ ਆਏ ਕਿ ਕੁਛ ਰਿਸ਼ਤੇਦਾਰ ਹੋਇਆ ਤੇ ਚਲਾ ਗਿਆ, ਇਸੇ ਤਰ੍ਹਾਂ ਹੀ ਅੱਜ ਤੁਸੀਂ ਜਿਹੜੇ ਇੰਡੀਆ, ਕੈਨੇਡਾ, ਅਮੈਰੀਕਾ, ਲੰਡਨ ਵੰਡਨ ਜਿੱਥੇ ਲੋਕ ਜਾਣ ਦੀ ਕੋਸ਼ਿਸ਼ ਕਰਦੇ, ਉਹ ਬੇਸਿਕਲੀ ਆਪਣੀ ਜ਼ਿੰਦਗੀ ਬਿਹਤਰ ਕਰਨ ਵਾਸਤੇ ਜਾਂਦੇ ਹੋ ਔਰ ਹਰ ਬੰਦੇ ਦਾ ਜੀ ਇਹ ਚਾਹੁੰਦਾ ਕਿ ਮੈਂ ਬਿਹਤਰ ਹੋ ਜਾਂ, ਉਹਦੇ ਵਿੱਚੋਂ ਜੇ ਮੇਰਾ ਕੁਛ ਜੀ ਕਰੇ ਤੇ ਮੈਂ ਆਪਣੇ ਮਾੜੇ ਦੀ ਥੋੜ੍ਹੀ ਬਹੁਤ ਹੈਲਪ ਕਰਨ ਦਿਆਂ, ਲੇਕਿਨ ਬੇਸਿਕ ਉਹ ਆਪਣੀ ਹੀ ਜ਼ਾਤ ਨੂੰ ਠੀਕ ਕਰਨ ਵਾਸਤੇ ਜਾਂਦਾ ਹੈ। ਅਸੀਂ ਨਾਅਰੇ ਮਾਰਨੇ ਹਾਂ ਬੜੇ ਪ੍ਰੋਗਰੈਸ ਕਿਆ ਕਰਾਂਗੇ, ਇਹ ਹੋ ਜਾਏ, ਗਰੀਬਾਂ ਨੂੰ ਇਹ ਦੇ ਦਿਓ, ਲੇਕਿਨ ਅਸੀਂ ਵੀ ਆਪਣੇ ਕੋਲੋਂ ਕੁਛ ਨਹੀਂ ਦਿੰਦੇ ਜੀ, ਅਸੀਂ ਨਾਅਰਾ ਮਾਰਨੇ ਦਿੰਦੇ ਕੁਛ ਨਹੀਂ, ਗੁਫ਼ਤਗੂ ਨਾ ਜੀ ਲਿਖ ਦਿਓ। ਦਾਨਿਸ਼ਵਰ ਕਹਿੰਦੇ ਲਓ ਜੀ ਮੈਂ ਅੱਜ ਮੈਂ ਮਾੜਿਆਂ ਵਾਸਤੇ ਬਹੁਤ ਅੱਛਾ ਕਾਲਮ ਲਿਖ ਦਿੱਤਾ, ਮੇਰੇ ਵਰਗਾ ਮੈਂ ਨਜ਼ਮ ਬਹੁਤ ਅੱਛੀ ਲਿਖਦੀ, ਯਾਰ ਨਜ਼ਮ ਨਾ ਮੇਰੇ ਕਿੱਡਾ ਫਰਕ ਨਹੀਂ ਪੈਂਦਾ, ਬਿਲਕੁਲ ਮਾਸ ਭੁੱਖ ਵਾਲੇ ਨੂੰ ਰੋਟੀ ਚਾਹੀਦੀ, ਹੁਣ ਮੇਰੇ ਅੱਖਰ ਚੰਗੇ ਤਾਂ ਲੱਗਦੇ ਨੇ ਲੇਕਿਨ ਜਦੋਂ ਉਹਦਾ ਢਿੱਡ ਭਰਿਆ ਹੋਵੇ ਫਿਰ ਉਹ ਮੇਰੇ ਅੱਖਰਾਂ 'ਤੇ ਵੀ ਵਾਹ ਵਾਹ ਕਰਦਾ ਅਤੇ ਦਾਤ ਦਿੰਦਾ ਅਤੇ ਫਿਰ ਉਹਨੂੰ ਫਿਲਮ ਵੀ ਚੰਗੀ ਲੱਗਦੀ ਅਤੇ ਸਭ ਕੁਛ ਚੰਗਾ ਲੱਗਦਾ, ਮੁਆਸ਼ਰਾ ਵੀ ਚੰਗਾ ਲੱਗਦਾ, ਗਲੀਆਂ ਵੀ ਚੰਗੀਆਂ ਲੱਗਦੀਆਂ, ਭੁੱਖੇ ਆਦਮੀ ਨੂੰ ਕਦੇ ਵੀ ਕੁਛ ਨਹੀਂ ਚੰਗਾ ਲੱਗਾ, ਇਹ ਤੈਅ ਗੱਲ ਹੈ। ਲਿਹਾਜ਼ਾ ਸਾਡੀ ਮਸਾ ਜਿਹੜਾ ਕਿ ਅਸੀਂ ਸਾਡੀ ਜਿਹੜੀ ਕੋਸ਼ਿਸ਼ ਹੈ ਕਿ ਸਾਡੇ ਦੇਸ਼ਾਂ ਦੇ ਵਿੱਚ ਬਾਹਰ ਸਾਡੇ ਦੇਸ਼ਾਂ ਤੋਂ ਅਜੇ ਗੁਰਬਤ ਨਹੀਂ ਗਈ, ਉਹ ਮੌਜੂਦ ਹੈ ਜੀ, ਅੱਜ ਵੀ ਲੋਕ ਲੱਖਾਂ ਲੋਕ ਹੋਣਗੇ ਕਿ ਜਿਹਨਾਂ ਕੋਲ ਘਰ ਨਹੀਂ ਹੋਏਗਾ ਜੀ। ਮੈਂ ਪਿੱਛੇ ਜੇ ਕਿਸੇ ਕੋਸ਼ਿਸ਼ ਕੀਤੀ ਕਿ ਮੈਂ ਸ਼ਾਇਰਾਂ ਵਾਸਤੇ ਇੱਕ ਤਨਜ਼ੀਮ ਬਣਾਵਾਂ ਕਿ ਉਹਨਾਂ ਨੂੰ ਗੌਰਮੈਂਟ ਨਾਲ ਗੱਲ ਕਰਾਂ ਕਿ ਉਹਨਾਂ ਸ਼ਾਇਰਾਂ ਨੂੰ 5 ਮਰਲੇ ਦਾ ਪਲੋਟ ਦਿੱਤਾ ਜਾਵੇ ਉਸ ਇਲਾਕੇ 'ਚ ਜਿੱਥੇ ਉਹ ਰਹਿੰਦਾ, ਨਾ ਕਿ ਸੁਸਾਇਟੀ ਨਾ ਬਣਾਈ ਜਾਏ ਵੱਖਰੀ ਉਹਨਾਂ ਵਾਸਤੇ, ਬਿਲਕੁਲ ਨਾ ਨਾ ਜਿੱਥੇ ਉਹ ਰਹਿੰਦਾ ਨਾ ਉਸੇ ਸ਼ਹਿਰ 'ਚ ਉਹਨੂੰ 5 ਮਰਲੇ, ਜਿਹਦੇ ਕੋਲ ਘਰ ਨਹੀਂ ਹੈਗਾ। ਲੇਕਿਨ ਉਹ ਮੇਰਾ ਇੱਕ ਜਿਹੜਾ ਖਾਬ ਸੀ, ਮੇਰਾ ਸੁਪਨਾ ਸੀ, ਉਹ ਕਿਸੇ ਦੀ ਵਜ੍ਹਾ ਨਾਲ ਟੁੱਟ ਗਿਆ, ਉਹ ਨਾ ਹੋ ਸਕਿਆ। ਉਸ 'ਚ ਬੜੇ ਲੋਕ ਉੱਥੇ, ਉਹਨਾਂ 'ਚੋਂ ਅੱਜ ਇੱਕ ਬੀਬੀ ਇੱਥੇ ਆਈ ਵੀ ਹੋਈ, ਉਹ ਵੀ ਉਸ ਪ੍ਰੋਗਰਾਮ 'ਚ ਸ਼ਾਮਿਲ ਸੀ, ਦੀਪ ਜੀ, ਔਰ ਉੱਥੇ 25-30 ਲੋਕ ਵੱਡੇ ਲੋਕ ਇਕੱਠੇ ਹੋਏ ਸਨ। ਲੇਕਿਨ ਇੱਕ ਬੰਦੇ ਨੂੰ ਉੱਠ ਕੇ ਉਹ ਸਾਰਾ ਜਿਹੜਾ ਮਹਿਲ ਉਸਾਰਿਆ ਸੀ, ਉਹਨੇ ਇੱਕ ਗੱਲ ਨੇ ਉਹਦੀ ਨੇ ਮੈਨੂੰ ਟਾਰ ਦਿੱਤਾ ਅਤੇ ਮੈਂ ਉਹ ਸਟੋਪ ਲਾ ਦਿੱਤਾ ਕਿ ਮੈਂ ਕਹਿੰਦਾ ਇਹ ਮੈਂ ਹੁਣ ਮੈਂ ਫਿਰ ਇੱਕ ਸੋਚੀ ਹੈ ਕਿਉਂਕਿ ਮੈਂ ਅਫੋਰਡ ਨਹੀਂ ਕਰ ਸਕਦਾ, ਮੈਂ ਇਸ ਕਾ ਸਰਮਾਇਦਾਰ ਨਹੀਂ, ਮੈਂ ਇੱਕ ਲਾਇਬ੍ਰੇਰੀ ਬਣਾਉਣਾ ਚਾਹੁੰਦਾ ਕਿ ਮੇਰੀ ਬਣ ਜਾਏ ਅਤੇ ਤਾਂ ਕਿ ਲੋਕ ਕਿਤਾਬਾਂ ਪੜ੍ਹਨ, ਇਲਾਕਾ ਸ਼ਾਮਾਂ ਨੂੰ ਮੁੰਡੇ ਸਿਗਰਟ ਪਾਉਣ, ਜੇ ਉਹ ਖਾਂਦੇ ਨੂੰ ਕੱਟ ਕਰ ਆਣ ਕੇ ਕਿਤਾਬਾਂ, ਅਜੇ ਉਹ ਖਾਬ ਚੱਲ ਰਿਹਾ, ਅੱਲਾ ਕਰਕੇ ਮੇਰਾ ਪੂਰਾ ਹੋ ਜਾਵੇ। ਬਾਕੀ ਫਿਰ ਜਿਹੜਾ ਦੂਜਾ ਹੈ ਉਹ ਕਿ ਅੱਜ ਤੁਸੀਂ ਥੋੜ੍ਹਾ ਪੂਰੀਆਂ ਕਰਨ ਆ ਰਹੇ, ਤੁਸੀਂ ਦੂਸਰੇ ਮੁਲਕਾਂ ਦੇ ਵਿੱਚ ਅਗਰ ਤੁਹਾਡੇ ਕੋਲ, ਅੱਛਾ ਤੁਹਾਡਾ ਮਨਿਸਟਰ ਕਿਉਂ ਨਹੀਂ ਆਉਂਦਾ ਇੱਥੇ ਜੀ, ਵੀ ਬਾਬਾ ਨਜ਼ਮੀ ਕਿਉਂ ਆਉਂਦਾ ਕੈਨੇਡਾ 'ਚ, ਇੱਕ ਅਟਾਰੀ ਦਾ ਬੰਦਾ ਉੱਠ ਕੇ ਅਰਦਾਸੀ ਕਰਦਾ ਕਿ ਮੈਂ ਪੜ੍ਹ ਗਿਆ ਤਾਂ ਮੈਂ ਕੈਨੇਡਾ ਜਾਊਂ, ਉਹ ਜਿਹੜਾ ਉੱਥੋਂ ਦਾ MLA MPA ਉਹ ਕਿਉਂ ਨਹੀਂ ਆਉਂਦਾ, ਉਹਨੂੰ ਲੋੜ ਨਹੀਂ ਹੈ, ਉਹ ਸਰਕਾਰ ਨੂੰ ਤਾਂ ਆ ਸਕਦਾ, ਉਹ ਇੱਥੇ ਰੈਸਟ ਵਾਸਤੇ ਨਹੀਂ ਆਏਗਾ ਕਿਉਂਕਿ ਉਹਦੀਆਂ ਲੋੜਾਂ ਜਿਹੜੀਆਂ ਨੇ ਉਹ ਸਾਰੀਆਂ ਉੱਥੇ ਪੂਰੀਆਂ ਹੋਣਗੀਆਂ, ਉਹਦੇ ਉਹਦੀ ਤਾਂ ਬੱਸ ਹੈ, ਉਹਨੂੰ ਸਲਮਾਨ, ਅੱਛਾ ਸਲਮਾਨ ਖਾਨ ਕਿਉਂ ਨਹੀਂ ਆਉਂਦਾ, ਸ਼ਾਹਰੁਖ ਕਿਉਂ ਨਹੀਂ, ਬਈ ਉਹਨੂੰ ਤਾਂ ਸਭ ਕੁਛ ਉੱਥੇ ਰਹਿਣਾ, ਉਹਨਾਂ ਨਾਲ ਸਭ ਕੁਛ ਮੁਹੱਈਆ ਹੁੰਦਾ, ਜਿਹਦੇ ਕੋਲ ਥੋੜ੍ਹੇ ਦੇਸ਼ ਉਹ ਛੱਡਦਾ ਜੀ, ਖੁਸ਼ੀ ਨਾਲ ਦੇਸ਼ ਕੋਈ ਨਹੀਂ ਛੱਡਦਾ, ਜਦੋਂ ਵੀ ਆਪਣਾ ਵਤਨ, ਆਪਣੀ ਦੁਨੀਆ, ਆਪਣਾ ਘਰ ਛੱਡਿਆ ਜਾਂਦਾ ਤਾਂ ਕੁਛ ਪਿੱਛੇ ਮਜਬੂਰੀਆਂ ਹੁੰਦੀਆਂ ਨੇ ਜੀ, ਉਹ ਫਿਰ ਬਾਬਾ ਨਜ਼ਮੀ ਜੀ ਇੱਥੇ ਪੱਛਮ ਦੇ ਵਿੱਚ ਇੱਕ ਨਵਾਂ ਵਿਚਾਰ ਪ੍ਰਗਟ ਹੋ ਰਿਹਾ, ਉਹ ਵਿਚਾਰ ਕੁਛ ਇਸ ਤਰੀਕੇ ਦਾ ਹੈਗਾ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜਾ ਗਰੀਬ ਆ ਉਹ ਹੋਰ ਗਰੀਬ ਹੋ ਰਿਹਾ ਔਰ ਜਿਹੜਾ ਅਮੀਰ ਆ ਉਹ ਹੋਰ ਅਮੀਰ ਹੋ ਰਿਹਾ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ। ਮੈਂ ਇਹਦੀ ਜਵਾਬ, ਅਮੀਰ ਗਰੀਬ ਹੋਣਾ ਹੋਰ ਚੀਜ਼ ਹੈ ਜੀ, ਲੇਕਿਨ ਇੱਥੇ ਅਮੀਰ ਗਰੀਬ ਨਜ਼ਰ ਨਹੀਂ ਆਉਂਦਾ ਜੀ, ਮੈਂ ਇੱਥੇ ਜੀ ਕਰੇ ਤੇ ਇੱਥੋਂ ਦਾ ਲਿਬਾਸ, ਇੱਥੋਂ ਦਾ ਰਹਿਣ ਸਹਿਣ ਇਸ ਕਿਸਮ ਦਾ ਹੈ ਕਿ ਇੱਥੇ ਕੋਈ ਵੀ ਬੰਦਾ
ਮੈਨੂੰ ਗਰੀਬ ਨਜ਼ਰ ਨਹੀਂ ਆਉਂਦਾ ਜੀ, ਇਸ ਲਈ ਕਿ ਇੱਥੇ ਮੈਂ ਇੱਕ ਮੁਸ਼ਾਇਰੇ 'ਚ ਵੀ ਗੱਲ ਕੀਤੀ ਸੀ ਖਰੇ ਫੰਕਸ਼ਨ 'ਚ ਕਿ ਇੱਥੇ ਜੇਕਰ ਜੇ ਸਰਮਾਇਆਦਾਰ ਨੇ ਉਹਨੇ ਕੱਛਾ ਪਾਇਆ ਹੋਵੇ ਜੀ 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 ਹੈਂ, ਅਤੇ ਜਿਹੜਾ ਗਰੀਬ ਹੈ ਉਹਨੇ ਪੈਂਟ ਸ਼ਰਟ ਪਾਈ ਹੋਵੇ, ਜੇ ਉਹ ਪੈਂਟ ਕੋਟ ਪਾਇਆ ਹੋਵੇ ਤਾਂ ਉੱਥੇ ਨਜ਼ਰ ਨਹੀਂ ਆਉਂਦਾ। ਸਾਡੇ ਮੁਲਕਾਂ ਦੇ ਵਿੱਚ, ਸਾਡੇ ਇਲਾਕਿਆਂ ਦੇ ਵਿੱਚ, ਸਾਡੀ ਧਰਤੀ 'ਤੇ ਗਰੀਬ ਔਰ ਅਮੀਰ ਜਦੋਂ ਅਸੀਂ ਬਾਜ਼ਾਰ 'ਚ ਨਿਕਲ ਜਾਂਦੇ ਹਾਂ, ਨਿਕਲਿਆ ਤਾਂ ਵਾਜ਼ੇ ਤੌਰ 'ਤੇ ਨਜ਼ਰ ਆ ਜਾਂਦਾ ਇਹ ਗਨੇਰੀਆਂ ਵੇਚਣ ਡਿਆ, ਇਹ ਰਿਕਸ਼ਾ ਚਲਾਉਣ ਡਿਆ, ਇੱਕ ਬੰਦਾ ਹੁਣ 10 ਰੁਪਏ ਤੋਂ ਲੜਨ ਡਿਆ ਉਹ ਮੇਰੀ ਸਵਾਰੀ ਕੋਲ ਲਈ ਹੋ। ਇਹ ਮੈਂ ਬਿਲਕੁਲ ਖੁੱਲ੍ਹੀਆਂ ਗੱਲਾਂ, ਆਵਾਮੀ ਗੱਲਾਂ ਕਰ ਰਿਹਾ, ਅਤੇ ਉਹ ਜੇ 10 ਰੁਪਏ ਦੀ ਸਵਾਰੀ ਵਾਸਤੇ ਲੜ ਰਿਹਾ, ਇਹਦਾ ਮਤਲਬ ਕਿ ਉਹਦੇ ਵਾਸਤੇ 10 ਰੁਪਏ ਬੜੀ ਇੰਪੋਰਟੈਂਟ ਚੀਜ਼ ਹੈ ਜੀ ਜੀ, ਜਿਹੜੀ ਕਿ ਇੱਥੇ ਨਹੀਂ ਹੈ। ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਦੇਖਣਾ ਪਵੇਗਾ, ਇਹ ਸਾਨੂੰ ਉਹਦੇ ਵਾਸਤੇ ਸਾਰੇ ਲੋਕ ਅਸੀਂ ਕੋਸ਼ਿਸ਼ ਕਰ ਰਹੇ, ਲੇਕਿਨ ਸਾਡੀ ਕੋਸ਼ਿਸ਼ ਕੋਈ ਸਾਨੂੰ ਅਜੇ ਉਹਦਾ ਕੋਈ ਉਹਦੀ ਐਂਡ ਉਹਦਾ ਨਜ਼ਰ ਨਹੀਂ ਆ ਸਕਦਾ, ਜਾਂ ਸਾਨੂੰ ਕੋਈ ਆਉਣ ਵਾਲਾ ਜਿਹੜੀ ਸਰਕਾਰਾਂ ਆਉਂਦੀਆਂ ਨੇ ਉਹ ਸਾਨੂੰ ਕੋਈ ਅਜੇ ਉਹਦਾ ਮੂੰਹ ਮੱਥਾ ਕੱਢਦਾ ਕੱਢਦਿਆਂ ਵਿਖਾਲਾ ਨਹੀਂ ਦਿੰਦਾ ਕਿ ਇਹ ਜਿਹੜੀ ਸਰਕਾਰ ਆਈ ਹੈ ਇਹ ਸਾਡੀ ਲੋਕਾਂ ਦੀ ਲੁਕਾਈ ਦੀ ਲੋੜਾਂ ਪੂਰਾ ਕਰ। ਉਹ ਆਪਸ ਮੇਂ ਲੜਨ ਲੱਗ ਪੈਂਦੇ ਨੇ, ਫਿਰ ਕੁਰਸੀਆਂ 'ਤੇ ਝਗੜੇ ਸ਼ੁਰੂ ਹੋ ਜਾਂਦੇ, ਫਿਰ ਇਤਜਾਜ ਸ਼ੁਰੂ ਹੋ ਜਾਂਦੇ, ਇੱਕ ਦੂਜੇ ਨੂੰ ਢਾਉਣ ਦੀ ਵੀ ਗਰਾਉਣ ਦੀ ਵੀ ਸ਼ੁਰੂ, ਅਤੇ ਗੱਲ ਫਿਰ ਰੌਲੇ 'ਚ ਰਹਿ ਜਾਂਦੀ। ਅਸੀਂ ਬੜੇ ਸ਼ੌਕ ਨਾਲ ਲਿਆਉਂਦੇ ਹਾਂ, 2 ਕਰੋੜ ਆਵਾਮ ਨੇ ਲਿਆਉਂਦੇ ਹਾਂ, ਨਾਰੇ ਮਾਰਨੇ ਆ, ਦਿਹਾੜੀਆਂ ਤੋੜਨੇ ਆ, ਸਭ ਕੁਛ ਕਰਕੇ ਲਿਆ ਕੇ ਉਹ ਫਿਰ ਉੱਥੇ ਬਣ ਕੇ ਜਾ ਕੇ ਜਦੋਂ ਅਸੈਂਬਲੀ 'ਚ ਚੜ੍ਹ ਜਾਂਦਾ ਤਾਂ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਨੂੰ ਇਕੱਲਿਆ ਕਿੰਨੇ ਆ ਜੀ, ਉਹਨਾਂ ਦਾ ਪਤਾ ਇੱਕ ਮਤਲਬ ਕਿ ਸਾਡੇ ਇਲਾਕੇ 'ਚ ਕਈ ਵਾਰ ਜਿਹੜੇ ਮੈਂਬਰ ਮੁੰਤਖਬ ਹੋਣੇ ਉਹਨਾਂ 5 ਸਾਲਾਂ ਦੇ ਵਿੱਚ ਇੱਕ ਚੱਕਰ ਨਹੀਂ ਮਾਰਿਆ ਜੀ, ਇਹਦਾ ਮਤਲਬ ਕਿ ਕਿਆ ਹੈ, ਉਦੋਂ ਤਾਂ ਆ ਜਾਂਦੇ ਕਿ ਸਾਨੂੰ ਵੋਟ ਦਿਓ, ਅਤੇ ਜਦੋਂ ਬਣ ਜਾਂਦੇ ਹੋ ਉਦੋਂ ਕਿਉਂ ਨਹੀਂ ਚੱਕਰ ਮਾਰਦੇ ਜੀ, ਅਤੇ ਜਦੋਂ ਉਹ ਸੋਚਣਗੇ ਉਦੋਂ ਅਸੀਂ ਠੀਕ ਹੋਵਾਂਗੇ। ਸਭ ਤੋਂ ਪਹਿਲੇ ਸਰਕਾਰਾਂ ਜਿਸ ਤਰ੍ਹਾਂ ਇੱਥੇ ਸਰਕਾਰਾਂ ਨੇ ਕਿ ਮੈਂ ਰਚਨਾ ਵੈਨਕੂਵਰ ਦੀ ਇੱਕ ਬੀਬੀ LMA ਨੇ ਕਿ ਹੋਰ ਕੀ ਕਹਿੰਦੇ ਉਹਨੂੰ ਇੱਥੇ, ਉਹਨੇ ਮੈਨੂੰ ਮਿਲੀ, ਮੈਂ ਦਫ਼ਤਰ ਉਹਦੇ ਗਿਆ ਅਤੇ ਮੈਨੂੰ ਆਮ ਮੈਨੂੰ ਨਹੀਂ ਪਤਾ ਕਿ ਉਹਨੂੰ ਬੁਲਾਇਆ, ਮੈਨੂੰ ਕਿ ਬਾਬਾ ਜੀ ਬੁਲਾਓ ਮੈਂ ਮਿਲਣਾ ਚਾਹੁੰਦੀ, ਬਸ ਦੋਸਤ ਲੈ ਗਏ ਮੈਨੂੰ ਉਹਦੇ ਕੋਲ। ਜਦੋਂ ਮੈਂ ਦਫ਼ਤਰ ਪਹੁੰਚਿਆ ਤਾਂ ਮੈਨੂੰ ਇੰਝ ਲੱਗਾ ਮੈਂ ਜਿਸ ਘਰ 'ਚ ਆ ਗਿਆ ਜੀ, ਉਹ ਬੂਹਾ ਖੋਲ੍ਹਿਆ ਮੈਂ ਅੰਦਰ ਚੜ੍ਹ ਕੇ ਬਿਠਾਇਆ, ਮੈਂ ਕਿਹਾ ਪਾਣੀ ਲਿਆ, ਉਹਨੇ ਸਾਹਮਣੇ ਉਹ ਬੀਬੀ ਪਾਣੀ ਲੈ ਕੇ ਆ ਗਈ ਜਿਹੜੀ ਉਹ ਅਸੈਂਬਲੀ ਦੀ ਮੈਂਬਰ ਸੀ, ਉਹ ਜਿਸ ਉਹਨੂੰ ਮੇਰੇ ਕੇ ਪਾਣੀ ਲਾ ਕੇ ਅਤੇ ਮੈਨੂੰ ਤਾਰਕ ਪਿਆ ਜੀ ਰਚਨਾ, ਮੈਂ ਹੁਣ ਤਸੱਵਰ ਨਹੀਂ ਕਰ ਸਕਦਾ ਸਾਡੇ ਮੈਂ ਪਾਕਿਸਤਾਨ ਦੇ ਵਿੱਚ ਕਿ ਇੱਕ ਕੌਮੀ ਅਸੈਂਬਲੀ ਦਾ ਮੈਂਬਰ ਮੇਰੇ ਅੱਗੇ ਪਾਣੀ ਰੱਖੇਗਾ, ਇਹ ਕਦੀ ਸੋਚਿਆ ਵੀ ਨਹੀਂ ਬਿਲਕੁਲ। ਲੇਕਿਨ ਸਾਡੇ ਪਾਕਿਸਤਾਨ 'ਚ ਇੱਦਾਂ ਨਹੀਂ, ਉੱਥੇ ਤਾਂ ਕੌਂਸਲ ਅਤੇ ਘਰ 'ਚ ਕੌਂਸਲ ਪਾਣੀ ਤੋਂ ਸਮਝਦਾ, ਮੈਂ ਪਾਣੀ ਪਿਆਵਾਂ ਕਿਸੇ ਆਏ ਗਏ ਨੂੰ ਆਪਣੇ ਘਰ ਨੂੰ, ਉਹ ਨੌਕਰ ਸੱਦੇਗਾ ਕਿ ਪਾਣੀ ਪਿਲਾ ਇਹਨਾਂ ਨੂੰ, ਇੰਨਾ ਫਰਕ ਹੈ। ਇਸ ਵਾਸਤੇ ਥੋੜ੍ਹਾ ਜਿਹਾ ਇੱਥੋਂ ਦੀ ਅਤੇ ਉੱਥੋਂ ਦੀ ਰਵਾਇਤਾਂ ਦਾ ਬਹੁਤ ਫਰਕ ਹੈ। ਜਦੋਂ ਅਸੀਂ ਜਮਹੂਰੀਅਤ ਹੈ ਉੱਥੇ, ਲੇਕਿਨ ਮੇਰੇ ਖਿਆਲ ਕਿ ਦੋਨਾਂ ਮੁਲਕਾਂ 'ਚ ਬਰਾਏ ਨਾਮ ਜਮਹੂਰੀਅਤ, ਜਮਹੂਰੀਅਤ ਇੱਥੇ ਨਜ਼ਰ ਆਉਂਦੀ ਕਿ ਉਦੋਂ ਨਜ਼ਰ ਆਉਂਦੀ ਕਿ ਜਦੋਂ ਇੱਕ ਤੁਹਾਡਾ ਮਨਿਸਟਰ ਵੀ ਜਿਹੜਾ ਉਸੇ ਬੱਸ 'ਚ ਜਾਣ ਰਿਹਾ ਜਾਂ ਉਸੇ ਟ੍ਰੇਨ 'ਚ ਜਾਣ ਰਿਹਾ ਅਤੇ ਤੁਸੀਂ ਵੀ ਜਾਣ ਰਹੇ ਹੋ, ਅਤੇ ਹੁਣ ਤੁਹਾਨੂੰ ਪਤਾ ਨਹੀਂ। ਇੱਕ ਦਿਨ ਉਹ ਕਿਸੇ ਫੰਕਸ਼ਨ ਮੇਲ ਲੱਗ ਗਏ, ਉਹ ਦੋ ਪੈ ਬੈਠੇ, ਹਾਂ ਇੱਕ ਘਰ 'ਚ ਬੈਠੇ ਸਨ ਬੁਖਾਰੀ ਸਾਹਿਬ ਸਨ, ਉਹਨਾਂ ਦੇ ਘਰ ਕੈਲਗਰੀ 'ਚ ਬੈਠੇ, ਤੂੰ ਆ ਗਿਆ ਬਾਅਦ 'ਚ ਪਤਾ ਲੱਗੇ ਅਤੇ ਇੱਥੇ ਮਨਿਸਟਰ ਫਲਾਣੇ ਉਹਨੂੰ ਦੱਸਿਆ, ਮਤਲਬ ਉਹਨੇ ਇਹ ਵੀ ਗਵਾਰਾ ਨਹੀਂ ਕੀਤਾ ਦੱਸਣਾ ਕਿ ਜੀ ਮੈਂ ਮਨਿਸਟਰ ਹਾਂ ਇੱਥੋਂ ਦਾ। ਹੁਣ ਇਸ ਤੋਂ ਵੱਡੀ ਗੱਲ ਮੇਰਾ ਖਿਆਲ ਕਿ ਮੇਰੇ ਵਾਸਤੇ ਹੈਰਾਨੀ ਵਾਲੀ ਗੱਲ ਕੋਈ ਨਹੀਂ ਸੁਣਦੀ, ਕਿਉਂਕਿ ਸਾਡੇ 'ਤੇ ਅਗਰ ਇੱਕ ਚੇਅਰਮੈਨ ਜਿਹੜਾ ਤੁਸੀਂ ਤੁਹਾਨੂੰ ਪਤਾ ਕਿ ਉਹ ਆ ਜਾਏ ਤਾਂ ਉਹਦੇ ਨਾਲ 10 ਗੱਡੀਆਂ ਆਉਂਦੀਆਂ ਨੇ ਜੀ, ਦਸ ਗੱਡੀਆਂ ਆਉਂਦੀਆਂ, 20 ਆਦਮੀ ਉਹਦੇ ਨਾਲ ਆਉਂਦੇ, ਫਿਰ ਚੇਅਰਮੈਨ ਆਉਂਦਾ। ਹੁਣ ਪਰਸੋਂ ਨਾ ਇਹਨਾਂ ਨੇ ਬੁਲਾਇਆ ਆਪਣਾ ਮਾਲ ਸਾਹਿਬ ਨੇ ਉਹ ਪ੍ਰੋਗਰਾਮ ਕੀਤਾ ਮੇਰੇ ਨਾਲ, ਅਤੇ ਉੱਥੇ ਉਹ ਜੈਨੀਫਰ ਜਿਹੜੀ ਬੀਬੀ ਇੱਥੋਂ ਦੀ ਮੇਅਰ ਹੈ ਉਹ ਆਈ, ਤਾਂ ਮੈਨੂੰ ਪਤਾ ਉਹਨੂੰ ਪਤਾ ਹੀ ਨਹੀਂ ਕਿ ਉਹ ਆਈ, ਬਹਿ ਕੇ ਚਲਾ ਗਈ, ਉਹਨੇ ਮੈਨੂੰ ਗੁਲਦਸਤਾ ਪੇਸ਼ ਕੀਤਾ ਉਹਦੇ 'ਚ। ਯਾਰ ਇੰਨਾ ਈਜ਼ੀ, ਉਹਨੇ ਜੀ 3 ਵਜੇ ਕਿਹਾ ਸੀ, 7 ਵਜੇ ਬੀਬੀ ਆ ਗਈ, ਅਤੇ ਸਾਡੇ ਜੀ ਬੁਲਾਉਣ ਵਾਸਤੇ ਤਾਂ ਪਹਿਲੇ ਐਪਲੀਕੇਸ਼ਨ ਦੇਣੀ ਪੈਂਦੀ ਜੀ 2-3 ਮਹੀਨੇ, ਉਹ ਫਿਰ ਉਹਦਾ ਜੀ ਕਰੇ ਅਤੇ ਆ ਜਾਵੇ ਜੀ, ਕਿ 3 ਟਾਈਮ ਕਹਿ ਦੇਵੇ ਕਿ ਸੋਰੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਨਹੀਂ ਆ ਸਕਦਾ, ਸਾਰਾ ਸਾਡਾ ਪ੍ਰੋਗਰਾਮ। ਜਿਹੜੇ ਆਪਣਾ ਥੋੜ੍ਹਾ ਜਿਹਾ ਮੈਨੂੰ ਇੱਕ ਹੋਰ ਪੁਆਇੰਟ ਆਫ ਵਿਊ ਨਾਲ ਤੁਹਾਡੇ ਮੈਂ ਵਿਚਾਰ ਸੁਣਨਾ ਚਾਹੁੰਦਾ, ਜਿਹੜੀ ਆਪਣੀ ਪਾਕਿਸਤਾਨ 'ਚ ਪੰਜਾਬੀ ਆ
ਉਹਦੇ ਚ ਉਰਦੂ ਦਾ ਕਿੰਨਾ ਕੁ ਸ਼ਮੂਲੀਅਤ ਆ ਤੇ ਇਧਰਲੇ ਪਾਸੇ ਸਾਡੀ ਹਿੰਦੀ ਦੀ ਕਿੰਨੀ ਕੁ ਸ਼ਮੂਲੀਅਤ ਆ ਤੁਹਾਡਾ ਕੀ ਵਿਚਾਰ ਨਹੀਂ ਦੱਸ ਇਹ ਪਹਿਲੀ ਗੱਲ ਤੇ ਕਿ ਜ਼ਬਾਨਾਂ ਜਿਹੜੀਆਂ ਹੁੰਦੀਆਂ ਨੇ ਉਹ ਲਫ਼ਜ਼ ਕਬੂਲ ਕਰਦੀਆਂ ਨੇ ਹਰ ਜ਼ਬਾਨ ਜਿਹੜੀ ਹੈ ਦੂਜੀ ਜ਼ਬਾਨ ਦੇ ਜਦੋਂ ਸਾਂਝੇ ਹੁੰਦੇ ਨੇ ਤਾਂ ਉਹ ਅੱਖਰ ਜਿਹੜੇ ਨੇ ਉਹਦੇ 'ਚ ਸ਼ਾਮਿਲ ਹੁੰਦੇ ਕਿਉਂਕਿ ਬੋਲੀ 'ਚ ਜਾ ਰਹੀ ਹੈ ਇੱਕ ਟਾਈਮ ਉਰਦੂ ਬੋਲੀ ਜਾ ਰਹੀ ਹੈ ਉਲਾਮ ਵਾਲਾ ਜਿਸਾ ਤੁਹਾਨੂੰ ਹਿੰਦੀ ਬੋਲੀ ਜਾ ਰਹੀ ਹੈ ਤੁਸੀਂ ਤੁਹਾਡੇ ਜਿਹੜੇ ਜਿਹੜੇ ਤੁਹਾਡੀ ਕਵਿਤਾ ਇਸ ਵੇਲੇ ਲਿਖੀ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਕਵਿਤਾ ਤੋਂ ਇਲਾਵਾ ਜਿਹੜੀ ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਨਜ਼ਮ ਜਿਹੜੀ ਅਜਾਕਾਂ ਵਾਲੀ ਸ਼ਾਨ ਉਹ ਪਾਕਿਸਤਾਨ ਦੇ ਵਿੱਚ ਲਿਖੀ ਗਈ ਜਦੋਂ ਪਾਕਿਸਤਾਨ ਲੇਕਿਨ ਅੱਜ ਦੀ ਜਿਹੜੀ ਬਾਅਦ ਦੀ ਤੁਸੀਂ ਕਵਿਤਾ ਜਿੰਨੀ ਮਰਜ਼ੀ ਅੰਮ੍ਰਿਤਾ ਦੀ ਪੜ੍ਹੋ ਤਾਂ ਤੁਹਾਨੂੰ ਉਹਦੇ 'ਚ ਪੰਜਾਬੀ ਨਜ਼ਰ ਨਹੀਂ ਆਏਗੀ ਉਹਦੇ 'ਚ ਹਿੰਦੀ ਸ਼ਾਮਿਲ ਹੋ ਗਈ ਇਸੇ ਤਰ੍ਹਾਂ ਸ਼ਿਵ ਦੇ ਕਲਾਮ ਦੇ ਵਿੱਚ ਵੀ ਹਿੰਦੀ ਸ਼ਾਮਿਲ ਹੈ ਲੇਕਿਨ ਸ਼ਿਵ ਚੁੱਕੇ ਪਿਓਰ ਪੰਜਾਬ ਦਾ ਸੀ ਇਸ ਵਾਸਤੇ ਉਹਦੀ ਘੱਟ ਸ਼ਾਮਿਲ ਹੈ ਲੇਕਿਨ ਹੈ ਲੇਕਿਨ ਹੁਣ ਦੀ ਜਿਹੜੀ ਨਸਲ ਤੁਹਾਡੀ ਨਵੇਂ ਜਿਹੜੇ ਕਵੀ ਆ ਰਹੇ ਨੇ ਜਾਂ ਅਸੀਂ ਤੁਹਾਨੂੰ ਨਸਲ ਨਿਗਾਰ ਕਹਿੰਦੇ ਹਾਂ ਜਿਹੜੇ ਲਿਖਦੇ ਨੇ ਕਿਤਾਬਾਂ ਨਾਵਲ ਜਾਂ ਕਹਾਣੀਆਂ ਲਿਖਦੇ ਨੇ ਕਹਾਣੀਕਾਰ ਉਹ ਬਹੁਤ ਜ਼ਿਆਦਾ ਅੱਖਰ ਜਿਹੜੇ ਨੇ ਨਾ ਸ਼ਬਦ ਜਿਹੜੇ ਨੇ ਉੱਧਰ ਦੇ ਬਹੁਤ ਵਰਤਦੇ ਨੇ ਉਹ ਸਾਡੇ ਉੱਤੋਂ ਲੰਘ ਜਾਂਦਾ ਮਤਲਬ ਕਿ ਮਜ਼ਮੂਨ ਪੜ੍ਹਦਾ ਕੋਈ ਮਤਲਬ ਕਿ ਦਿੱਲੀ 'ਚ ਅਸੀਂ 91 ਦੇ ਵਿੱਚ ਜਿਸ ਵੇਲੇ ਗਏ ਅਤੇ ਇੱਕ ਬੰਦਾ ਮਜ਼ਮੂਨ ਪੜ੍ਹ ਰਿਹਾ ਸੀ ਅਤੇ ਹਿੰਦੁਸਤਾਨ ਦਾ ਕੋਈ ਸਾਹਿਬ ਸਨ ਅਤੇ ਉਹਨੇ ਕਿਹਾ ਜੀ ਜਦੋਂ ਪ੍ਰੋਗਰਾਮ ਖਤਮ ਹੋਇਆ ਉਹ ਮਜ਼ਮੂਨ ਖਤਮ ਹੋਇਆ ਤਾਂ ਉਹਨੇ ਕਿਹਾ ਜੀ ਇਹ ਜ਼ਰਾ ਇਹਦਾ ਤਰਜਮਾ ਕਰ ਦਿਓ ਪੰਜਾਬੀ ਦਾ ਤਰਜਮਾ ਕਰ ਦਿਓ ਇੱਕ ਦੁੱਖ ਵਾਲੀ ਗੱਲ ਅੱਛਾ ਇਸੇ ਤਰ੍ਹਾਂ ਸਾਡਾ ਇੱਕ ਪੰਜਾਬੀ ਉਹਨੇ ਕਿਹਾ ਜੀ ਪਤਾ ਨਹੀਂ ਉਹਨੇ ਮਜ਼ਾਕ ਨਾ ਜਾਂ ਕਿਆ ਜਾਂ ਉਹਨੇ ਕਿਹਾ ਜੀ ਇਹਦਾ ਵੀ ਕਰ ਦਿਓ ਅਤੇ ਜਦੋਂ ਅਸੀਂ ਇੰਝ ਕਰਾਂਗੇ ਅਤੇ ਅਸੀਂ ਪੰਜਾਬੀ ਨੂੰ ਵੀ ਇੱਧਰ ਦੀ ਨੂੰ ਉੱਧਰ ਦੀ ਨੂੰ ਦੂਰ ਕਰ ਰਹੇ ਹਾਂ ਜੀ ਨਾਲੇ ਤੁਹਾਡਾ ਅਤੇ ਸਾਡਾ ਥੋੜ੍ਹਾ ਜਿਹਾ ਫਰਕ ਹੈ ਉਹ ਵੀ ਕਿ ਤੁਹਾਡੇ ਇਹ ਧਰਮ ਨਾਲ ਵੀ ਜੁੜੀ ਹੈ ਜੀ ਸਾਡੇ ਧਰਮ ਨਾਲ ਨਹੀਂ ਜੁੜੀ ਜੀ ਸਾਡਾ ਧਰਮ ਹੋ ਰਿਹਾ ਸਾਡਾ ਮਜ਼ਹਬ ਹੋ ਰਿਹਾ ਜੀ ਜ਼ਬਾਨ ਸਾਡੀ ਹੋ ਰਹੀ ਜੀ ਤੁਹਾਡੀ ਮਜ਼ਹਬ ਵੀ ਹੈ ਅਤੇ ਜ਼ਬਾਨ ਵੀ ਇਹ ਤੁਹਾਨੂੰ ਐਡਵਾਂਟੇਜ ਇਸ ਵਾਸਤੇ ਲੋਕ ਪਤਾ ਕੀ ਕਹਿੰਦੇ ਉਹ ਜੀ ਸਿੱਖਾਂ ਦੀ ਜ਼ਬਾਨ ਜਦਕਿ ਐਸਾ ਨਹੀਂ ਜ਼ਬਾਨ ਖਿੱਤੇ ਦੀ ਹੁੰਦੀ ਅਰਬ ਦੇ ਵਿੱਚ ਜਦੋਂ ਸਾਡੇ ਨਬੀ ਆਏ ਤੇ ਉਹ ਉਹਨਾਂ ਨੇ ਅਰਬੀ 'ਚ ਪੈਗਾਮ ਦਿੱਤਾ ਉਹਨਾਂ ਨੇ ਉਸ ਵੇਲੇ ਜਿਹੜਾ ਉੱਥੇ ਕ੍ਰਿਸਚਨ ਸੀ ਜਾਂ ਯਹੂਦੀ ਸੀ ਜਾਂ ਜੋ ਵੀ ਸੀ ਉਹ ਸਾਰੇ ਅਰਬੀ ਸਮਝਦੇ ਸਨ ਬਿਲਕੁਲ ਅਤੇ ਤਦੇ ਤੋਂ ਉਹਨਾਂ ਤੱਕ ਪੈਗਾਮ ਕਿਹਾ ਉਹਨਾਂ ਦਾ ਇਸੇ ਤਰ੍ਹਾਂ ਸਾਡੇ ਜੇ ਵੱਡੇ ਆਦਮੀ ਨੇ ਜਦੋਂ ਵੀ ਆਪਣੀ ਕੌਮ ਨੂੰ ਜ਼ਬਾਨ ਪੈਗਾਮ ਕੋਈ ਦਿੱਤਾ ਉਹ ਉੱਥੋਂ ਦੀ ਜ਼ਬਾਨ ਦੇ ਮੁਤਾਬਕ ਦਿੱਤਾ ਉੱਥੋਂ ਦੀ ਰਹਿਤ ਚਲ ਉੱਥੋਂ ਦੇ ਲੋਕਾਂ ਦੇ ਮੁਤਾਬਕ ਦਿੱਤਾ ਤਦੇ ਤੋਂ ਉਹਨਾਂ ਦਾ ਪੈਗਾਮ ਪਹੁੰਚਦਾ ਅਗਰ ਗੁਰੂ ਨਾਨਕ ਉੱਠ ਕੇ ਫਾਰਸੀ 'ਚ ਦੇ ਦਿੰਦਾ ਤਾਂ ਸ਼ਾਇਦ ਉਦੋਂ ਫਾਰਸੀ ਹੈ ਵੀ ਨਹੀਂ ਸੀ ਜੀ ਬਿਲਕੁਲ ਅਤੇ ਉਹ ਕਦੀ ਵੀ ਨਾ ਪੜ੍ਹਦਾ ਬਿਲਕੁਲ ਕਿਉਂਕਿ ਉਹਨਾਂ ਪੰਜਾਬੀ ਸੀ ਉਹਨਾਂ ਪੰਜਾਬੀ 'ਚ ਪੈਗਾਮ ਦਿੱਤਾ ਜੋ ਵੀ ਦਿੱਤਾ ਉਹ ਲੋਕਾਂ 'ਤੇ ਕਰ ਪੜਿਆ ਬਾਬੇ ਸਾਡੇ ਬਾਬੇ ਆਏ ਮਿਸਾਲ ਦੇ ਤੌਰ 'ਤੇ ਸਾਡੇ ਬਾਬੇ ਬਾਬਾ ਫਰੀਦ ਦੇ ਦੋਨੋਂ ਨਹੀਂ ਸਨ ਬਾਹੂ ਸਰਕਾਰ ਵੀ ਬਾਹਰੋਂ ਫਾਰਸੀ 'ਚ 100 ਕਿਤਾਬ ਹੈ ਬਾਹੂ ਸਰਕਾਰ ਦੀ ਔਰ ਕਿਸੇ ਦਾ ਪਤਾ ਨਹੀਂ ਇੱਕ ਕਿਤਾਬ ਦਾ ਪਤਾ ਜਿਹੜੀ ਪੰਜਾਬੀ 'ਚ ਹੈ ਕਿਉਂਕਿ ਉਹ ਪੰਜਾਬੀ 'ਚ ਹੈ ਇਸ ਵਾਸਤੇ ਲੋਕਾਂ ਨੂੰ ਲੋਕਾਂ 'ਤੇ ਕਿਉਂ ਰੋਪੜ ਗਏ ਕਿਉਂਕਿ ਉਹ ਖਿੱਤੇ ਦੀ ਜ਼ਬਾਨ ਸੀ ਉੱਥੋਂ ਦੀ ਉਰਦੂ ਸਾਡੀ ਜਿਹੜੀ ਹੈ ਉਹ ਇਸ ਵੇਲੇ ਬਸ ਉਹਨੂੰ ਲੋਕ ਕੌਮੀ ਜ਼ਬਾਨ ਦਾ ਦਰਜਾ ਵੀ ਦਿੰਦੇ ਅਤੇ ਇੱਕ ਰਾਬਤੇ ਦੀ ਜ਼ਬਾਨ ਦਾ ਵੀ ਕਹਿੰਦੇ ਨੇ ਕਿ ਇੱਕ ਰਾਬਤੇ ਦੀ ਜ਼ਬਾਨ ਹੈ ਲੇਕਿਨ ਹੈ ਵੀ ਅਗਰ ਮੈਂ ਉਹ ਲੋੜ ਵੀ ਅਗਰ ਮੈਂ ਪਸ਼ਤੂ ਵਾਲੇ ਨਾਲ ਗੱਲ ਕਰਨੀ ਹੈ ਅਤੇ ਪਸ਼ਤੂ ਉਹ ਮੇਰੀ ਪੰਜਾਬੀ ਨਹੀਂ ਸਮਝ ਰਿਹਾ ਅਤੇ ਮੈਂ ਉਹਦੀ ਪਸ਼ਤੂ ਨਹੀਂ ਸਮਝ ਰਿਹਾ ਹੁਣ ਮੈਨੂੰ ਜਿਸਾ ਅੰਗਰੇਜ਼ੀ ਇੱਕ ਇਸ ਵੇਲੇ ਦੁਨੀਆ ਦੀ ਰਾਬਤੇ ਦੀ ਜ਼ਬਾਨ ਇਸ ਤਰ੍ਹਾਂ ਫਿਰ ਸਾਨੂੰ ਉਰਦੂ ਜਿਹੜੀ ਹੈ ਉਹ ਸਾਡੀ ਇੱਕ ਰਾਬਤੇ ਦੀ ਜ਼ਬਾਨ ਬਣਦੀ ਸਿੰਧੀ ਨਾਲ ਗੱਲ ਕਰਨੀ ਹੋਵੇ ਅਤੇ ਗੱਲ ਕਰੀਏ ਪਖਤੂਨ ਨਾਲ ਗੱਲ ਕਰਨੀ ਹੋਵੇ ਬਲੂਚੀ ਨਾਲ ਭਰਾ ਸੀ ਆਪਸ ਵਿੱਚ ਜਿਹੜੀ ਜਦੋਂ ਘੱਟ ਸਾਡੀ ਅਸੈਂਬਲੀ ਦੇ ਵਿੱਚ ਉਹ ਜ਼ਿਆਦਾਤਰ ਉਹੀ ਬੋਲੀ ਚੱਲਦੀ ਮਤਲਬ ਕਿ ਸਕੂਲ ਅੱਜ ਕੱਲ੍ਹ ਜੋ ਇਲੈਕਸ਼ਨ ਹੋਇਆ ਅਤੇ ਸਾਰਾ ਜਿੰਨਾ ਵੀ ਟੀ ਵੀ ਚੈਨਲ ਜੀ ਉਹ ਸਾਰੀ ਉਹ ਉਰਦੂ 'ਚ ਉਹ ਇਸਤੇਮਾਲ ਹੋਇਆ ਇਸਤੇਮਾਲ ਜੀ ਜਿਹੜੇ ਆਪਣੇ ਕੈਨੇਡਾ ਦੇ ਪੰਜਾਬੀ ਕਮਿਊਨਿਟੀ ਆ ਚਾਹੇ ਆਪਣੇ ਪਾਕਿਸਤਾਨ ਤੋਂ ਪੰਜਾਬੀ ਆ ਚਾਹੇ ਇੱਧਰੋਂ ਹਿੰਦੁਸਤਾਨ ਤੋਂ ਪੰਜਾਬੀ ਆ ਤੁਸੀਂ ਕੀ ਸੋਚਦੇ ਹੋ ਵੀ ਇਹ ਕਿਸ ਤਰੀਕੇ ਨਾਲ ਉਸ ਪੰਜਾਬ ਦੇ ਵਾਸਤੇ ਕੀ ਚੀਜ਼ਾਂ ਕਰ ਸਕਦੇ ਨਹੀਂ ਨਹੀਂ ਉਸ ਪੰਜਾਬ ਦੇ ਵਾਸਤੇ ਨਹੀਂ ਕਰ ਸਕਦੇ ਇਹ ਇੱਥੋਂ ਦੇ ਪੰਜਾਬ ਵਾਸਤੇ ਕਰ ਸਕਦੇ ਅਸੀਂ ਇਹ ਗੱਲ ਫਖਰ ਨਾਲ ਮਹਿਸੂਸ ਕਰ ਰਹੇ ਹਾਂ ਕਹਿੰਦੇ ਵੀ ਹਾਂ ਔਰ ਸਾਡੇ ਤੋਂ ਤਿੰਨ ਪੰਜਾਬ ਨੇ ਜੀ ਸਾਡੇ ਤਿੰਨ ਪੰਜਾਬ ਇੱਕ ਰਹਿੰਦਾ ਪੰਜਾਬ ਇੱਕ ਸਰਦਾ ਪੰਜਾਬ ਇੱਕ ਕੈਨੇਡਾ ਪੰਜਾਬ ਇਹ ਸਾਡੇ ਆਮ
ਅਸੀਂ ਕਿ ਤੀਸਰਾ ਪੰਜਾਬ ਇਸ ਵੇਲੇ ਕੈਂਟ ਹੈ ਔਰ ਜਿਹੜਾ ਮੈਨੂੰ ਇੱਥੇ ਆ ਕੇ ਮਹਿਸੂਸ ਵੀ ਹੋਇਆ ਵਾਕਈ ਲੇਕਿਨ ਅਜੇ ਵੀ ਇਹਦਾ ਮਤਲਬ ਨਹੀਂ ਹੈ ਕਿ ਅਗਰ ਤੁਸੀਂ 2-4 ਲੱਖ ਆ ਗਏ ਹੋ ਪਤਾ ਨਹੀਂ ਉਹਨੂੰ ਕਿੰਨੇ ਲੋਕ ਹੋ ਅਤੇ ਇਹ ਪੰਜਾਬ ਬਣ ਗਿਆ ਐਸਾ ਨਹੀਂ ਹੈ ਲੇਕਿਨ ਇਹਦੇ 'ਚ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਪਾਕਿਸਤਾਨ ਦੇ ਲੋਕ ਵੀ ਜਿਹੜੇ ਨੇ ਉਹ ਇੱਥੇ ਰਹਿੰਦੇ ਨੇ ਹਿੰਦੁਸਤਾਨ ਦੇ ਲੋਕ ਵੀ ਇੱਥੇ ਰਹਿੰਦੇ ਇਹਨਾਂ ਨੂੰ ਆਪਸ ਮੇ ਜ਼ਰਾ ਥੋੜ੍ਹਾ ਜਿਹਾ ਮੁਹੱਬਤ ਪੈਦਾ ਕਰਨ ਔਰ ਜ਼ਿਆਦਾ ਇੱਕ ਦੂਜੇ ਦੇ ਉਹ ਉਰਦੂ ਸਪੀਕਿੰਗ ਹੋਣ ਜਾਂ ਜੋ ਪੰਜਾਬੀ ਜੋ ਜਿਹੜਾ ਵੀ ਹੋਵੇ ਜਿਹੜਾ ਪਾਕਿਸਤਾਨ 'ਚੋਂ ਆਇਆ ਔਰ ਜਿਹੜਾ ਹਿੰਦੁਸਤਾਨ ਇਹ ਅਗਰ ਲੋਕ ਆਪਸ ਮੇ ਮਿਲ ਕੇ ਹੋਰ ਮਜ਼ਬੂਤ ਹੋ ਜਾਣ ਇਕੱਠੇ ਹੋ ਕੇ ਕੋਈ ਵੀ ਗੱਲ ਕਰਨ ਤਾਂ ਹੋਰ ਮਜ਼ਬੂਤ ਹੋ ਸਕਦੇ ਜੇ ਤਕਸੀਮ ਹੋ ਕੇ ਵੰਡ ਕੇ ਆਪਣੇ ਆਪਣੀ ਪਛਾਣ ਕਰਾਉਂਗੇ ਤਾਂ ਔਖੇ ਹੋਣਗੇ ਇਕੱਠੇ ਹੋ ਕੇ ਅਤੇ ਆਪਣੀ ਜਿਹੜੀ ਗੱਲ ਵੀ ਸਰਕਾਰ ਨੂੰ ਇੱਥੋਂ ਦੀ ਸਰਕਾਰ ਨੂੰ ਜਿਹੜੀ ਗੱਲ ਬਣਾਉਣੀ ਇਕੱਠੇ ਹੋ ਕੇ ਉੱਪਰ ਕਹਿਣ ਤਾਂ ਉਹ ਜ਼ਿਆਦਾ ਛੇਤੀ ਮੰਨੀ ਜਾਵੇਗੀ ਇਸ ਲਈ ਮੈਂ ਚਾਹਾਂਗਾ ਕਿ ਇੱਥੋਂ ਦੇ ਜਿਹੜੇ ਲੋਕ ਨੇ ਇਹ ਆਪਸ ਵਿੱਚ ਮਿਲ ਕੇ ਰਹਿਣ ਕਠਿਨ ਧਰਮਾਂ ਦਾ ਤਾਂ ਰੌਲਾ ਨਹੀਂ ਉਹ ਆਪਣੇ ਆਪਣੇ ਅੰਦਰ ਹਰ ਆਦਮੀ ਦੇ ਅੰਦਰ ਉਹ ਛੱਡਦਾ ਵੀ ਕੋਈ ਨਹੀਂ ਬਿਲਕੁਲ ਇਹ ਵੀ ਗੱਲ ਹੈ ਐਵੇਂ ਛੱਡਦਾ ਵੀ ਕੋਈ ਕਿਉਂਕਿ ਜਿਹੜੀ ਸਾਡੀ ਜਿਹੜੀਆਂ ਰਸੂਮਾਤ ਨੇ ਉਹ ਸਾਡੀਆਂ ਫਿਰ ਮਰਨ ਤੋਂ ਬਾਅਦ ਉਸੇ 'ਚ ਹੀ ਹੁੰਦੀਆਂ ਨੇ ਜਿਹਦੇ 'ਚ ਅਸੀਂ ਹੈਗੇ ਹਾਂ ਇਹ ਵੀ ਪੱਗੀ ਗੱਲ ਹੈ ਹਾਂ ਇਸ ਵਾਸਤੇ ਮੈਨੂੰ ਉੱਦਾਂ ਦਫਨਾਇਆ ਜਾਣਾ ਜਿੱਦਾਂ ਕਿਸੇ ਮੌਲਵੀ ਨੂੰ ਦਫਨਾਇਆ ਜਾਣਾ ਐਸੀ ਇਹ ਗੱਲ ਇਸ ਵਾਸਤੇ ਇਹ ਉਹ ਇੱਕ ਸਿਸਟਮ ਹੈ ਉਹ ਇੱਕ ਅਲੱਗ ਸਿਸਟਮ ਲੇਕਿਨ ਸਾਨੂੰ ਨਵੇਂ ਸਿਸਟਮ ਵਾਸਤੇ ਇੱਥੋਂ ਵਾਸਤੇ ਕਿ ਸਾਨੂੰ ਇੱਕ ਦੂਜੇ ਨਾਲ ਕਲੋਜ਼ ਰਹਿਣ ਅਤੇ ਉਹਦੇ ਅਸਰਾਤ ਜ਼ਰੂਰ ਜਾਣਗੇ ਜੀ ਦੋਨਾਂ ਪੰਜਾਬਾਂ ਦੇ ਵਿੱਚ ਅਸਰ ਜਦੋਂ ਤੁਹਾਨੂੰ ਇੱਥੋਂ ਸਾਨੂੰ ਪਤਾ ਲੱਗੇਗਾ ਕਿ ਯਾਰ ਉੱਥੇ ਪਾਕਿਸਤਾਨੀ ਔਰ ਇੰਡੀਅਨ ਐਡੇ ਪਿਆਰ ਨਾਲ ਰਹਿੰਦੇ ਪਏ ਨੇ ਤਾਂ ਉਹਦਾ ਅਸਰ ਜ਼ਰੂਰ ਪਵੇਗਾ ਕਿਉਂਕਿ ਮੈਂ ਵੀ ਗੱਲ ਕਰਾਂਗਾ ਇਹ ਜਾਣ ਕੇ ਵੀ ਗੱਲ ਕਰੇਗੀ ਉਹ ਜਾਏਗਾ ਉਹ ਵੀ ਗੱਲ ਕਰੇਗਾ ਯਾਰ ਉੱਥੇ ਤਾਂ ਅਸੀਂ ਬਹੁਤ ਅੱਛਾ ਰਹਿੰਦੇ ਤਾਂ ਉਹਦੇ ਅੱਛੇ ਅਸਰ ਪੈਣਗੇ ਉਹਦਾ ਦੂਜਿਆਂ 'ਤੇ ਜਿਹੜੇ ਉੱਥੇ ਦੇ ਲੋਕ ਨੇ ਹਿੰਦੁਸਤਾਨ ਦੇ ਹੋਣ ਜਾਂ ਪਾਕਿਸਤਾਨ ਦੇ ਉਹਨਾਂ ਦੇ ਉੱਤੇ ਅੱਛਾ ਅਸਰ ਪਵੇਗਾ ਲਿਖਾਰੀਆਂ 'ਤੇ ਵੀ ਪਵੇਗਾ ਆਮ ਆਦਮੀ 'ਤੇ ਵੀ ਪਵੇਗਾ ਮੇਰੀ ਤਾਂ ਇਹ ਗੁਜ਼ਾਰਿਸ਼ ਹੈ ਕਿ ਇਹ ਇਸ ਤਰ੍ਹਾਂ ਹੋ ਜਾਏ ਤਾਂ ਜ਼ਿਆਦਾ ਅੱਛੀ ਗੱਲ ਹੈ ਬਹੁਤ ਸੋਹਣਾ ਜੀ ਇੱਕ ਮੇਰੇ ਕੁਸ਼ਚਨ ਹੋਰ ਹੈਗੇ ਆ ਉਹ ਆਪਣੀ ਜਿਹੜੀ ਸੋਰੀ ਜਿਹੜੇ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਨਾਲ ਆਪਾਂ 1947 ਤੋਂ ਬਾਅਦ ਅੱਜ ਤੱਕ ਇੱਕ ਲੰਬਾ ਸਫ਼ਰ ਤੈਅ ਕੀਤਾ ਆਪਣੇ ਦੋਨੋਂ ਮੁਲਕਾਂ ਨੇ ਉਹਦੇ ਵਿੱਚ ਆਪਾਂ ਨੇ ਕੁਛ ਚੀਜ਼ਾਂ ਬਹੁਤ ਵਧੀਆ ਕੀਤੀਆਂ ਕੁਛ ਚੀਜ਼ਾਂ ਆਪਾਂ ਤੋਂ ਵਧੀਆ ਨਹੀਂ ਵੀ ਹੋਈਆਂ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਟੈਕਨੋਲੋਜੀ ਦਾ ਯੁੱਗ ਆ ਜਿਹਦੇ 'ਚ ਸੈੱਲਫੋਨ ਹੈਗੇ ਆ ਵੈਬਸਾਈਟ ਹੈਗੀ ਆ ਤੁਸੀਂ ਸੋਚਦੇ ਹੋ ਕਿ ਜਿਹੜੀ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨੂੰ ਬੈਟਰ ਯੂਜ਼ ਕਰਕੇ ਮੈਂ ਗੁਜ਼ਾਰਿਸ਼ ਕਰਾਂ ਕਿ ਹੁਣ ਤੁਸੀਂ ਨਵੀਂ ਜਿਹੜੀ ਟੈਕਨੋਲੋਜੀ ਆ ਰਹੀ ਹੈ ਉਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਉਹਦੇ ਫਾਇਦੇ ਤੁਹਾਡੇ ਸਾਹਮਣੇ ਨੇ ਅੱਜ ਅਸੀਂ ਇੱਕ ਕਮਰੇ ਦੇ ਵਿੱਚ ਇਹ ਇੰਟਰਵਿਊ ਤੁਸੀਂ ਮੇਰਾ ਕਰ ਰਹੇ ਹੋ ਕਦੀ ਇਸ ਇੰਟਰਵਿਊ ਨੂੰ ਕਰਨ ਲਈ ਇੱਕ ਪੂਰਾ ਮਾਹੌਲ ਬਣਾਉਣਾ ਪੈਂਦਾ ਕਿ ਵੱਡੇ ਕੈਮਰੇ ਲੈਣਾ ਵਿਛਾਓ ਇਹ ਕਰੋ ਕਿਉਂਕਿ ਮੈਂ ਫਿਲਮ ਇੰਡਸਟਰੀ 'ਚ ਰਿਹਾ ਐਡੀਆਂ ਐਡੀਆਂ ਲਾਈਟਾਂ ਹੁੰਦੀਆਂ ਸੀ ਫਿਰ ਜਾ ਕੇ ਚੁੱਕੀਆਂ ਜਾਂਦੀਆਂ ਉੱਤੇ ਟੰਗੀਆਂ ਜਾਂਦੀਆਂ ਸੀ ਫਿਰ ਜਾ ਕੇ ਸ਼ਾਰਟ ਹੁੰਦਾ ਸੀ ਫਿਰ ਕੱਟ ਹੁੰਦਾ ਸੀ ਅੱਜ ਅਸੀਂ ਕਰੀ ਜਾ ਰਹੇ ਤਾਂ ਇਹ ਟੈਕਨੋਲੋਜੀ ਇਹਨੂੰ ਤੋਂ ਇਨਕਾਰ ਨਹੀਂ ਕਰ ਸਕਦਾ ਟੀ ਵੀ ਰੇਡੀਓ ਜੋ ਵੀ ਆ ਰਿਹਾ ਉਹਦੇ ਨਾਲ ਫਾਇਦੇ ਹੋ ਰਹੇ ਲੇਕਿਨ ਇੱਕ ਥੋੜ੍ਹਾ ਜਿਹਾ ਕਿ ਬੰਦਾ ਵਿਹਲਾ ਹੋ ਰਿਹਾ ਬੰਦਾ ਜਿਹੜਾ ਨਾ ਮਜ਼ਦੂਰ ਉਹ ਘੱਟ ਰਿਹਾ ਬੰਦੇ ਘੱਟ ਰਹੇ ਨੇ ਮਸ਼ੀਨਰੀ ਵੱਧ ਰਹੀ ਜੀ ਉਹਦੇ ਕਿਉਂਕਿ ਕਿੱਥੇ ਇੰਨੇ ਲੋਕ ਕਰਦੇ ਸਨ ਅਤੇ ਉਦੋਂ ਥੋੜ੍ਹੀ ਦੁਨੀਆ ਸੀ ਅਤੇ ਫਿਰ ਵੀ ਇੰਨੇ ਲੋਕ ਚਾਹੀਦੇ ਸੀ ਅੱਜ ਦੁਨੀਆ ਜ਼ਿਆਦਾ ਹੈ ਅੱਜ ਤੋਂ ਅਗਰ 47 ਤੋਂ ਲੈ ਕੇ ਸਾਡੀ ਆਬਾਦੀ ਸਨ ਜਦੋਂ ਬੰਗਲਾਦੇਸ਼ ਸਾਡਾ ਅਲੱਗ ਨਹੀਂ ਸੀ ਹੋਇਆ ਅਤੇ ਉਦੋਂ 10 ਕਰੋੜ ਆਬਾਦੀ ਸੀ ਨਜ਼ਮ ਲਿਖੀ ਸੀ ਜੀਵ ਜਾਲਵ ਸਾਹਿਬ ਨੇ 10 ਕਰੋੜ ਇਨਸਾਨ ਅਤੇ ਅੱਜ ਸਾਡੀ ਹੁਣ ਆਬਾਦੀ ਜਿਹੜੀ ਇਸ ਵੇਲੇ 22 ਕਰੋੜ ਹੈ ਅਤੇ 22 ਕਰੋੜ ਨੂੰ ਉਹਦੇ ਵਿੱਚ ਨੌਕਰੀ ਕਿੰਨੀ ਚਾਹੀਦੀ ਹੁਣ ਅੱਛਾ ਡਾਕਟਰ ਹਰ ਸਾਲ ਬਣਨੇ ਨੇ PhD ਹਰ ਸਾਲ ਕਰਨਾ ਔਰ ਸੈਂਕੜਿਆਂ ਨੇ ਕਰਨਾ ਹੁਣ ਸਾਰਿਆਂ ਨੂੰ ਕਿੱਥੋਂ ਤੁਸੀਂ ਲਾਓਗੇ ਤੇ ਉੱਤੋਂ ਟੈਕਨੋਲੋਜੀ ਵੀ ਆਈ ਜਾ ਰਹੀ ਤੁਹਾਡੇ ਕੋਲ ਜਿਹੜੀ ਬੰਦੇ ਫਰਕ ਕਰ ਰਹੇ ਬੰਦੇ ਘਟਾ ਰਹੀ ਹੈ ਟੈਕਨੋਲੋਜੀ ਬੰਦੇ ਘਟਾ ਰਹੀ ਲੇਕਿਨ ਇਹਦਾ ਸਾਨੂੰ ਸੋਚਣਾ ਪਵੇਗਾ ਕਿ ਇਹਦਾ ਕੀ ਕਰਨਾ ਖਸੂਸਾਂ ਇਹਨਾਂ ਮੁਲਕਾਂ ਨੂੰ ਨਹੀਂ ਫਰਕ ਪੈਣਾ ਜਦੋਂ ਫਰਕ ਪੈਣਾ ਉਹ ਸਾਨੂੰ ਫਰਕ ਪੈਣਾ
कि टेक्नोलॉजी बड़ी अच्छी चीज है और आनी चाहिए और ना उनको डक सकता जी, क्योंकि तुसी जिद्दत हर दौर से पिछे माजी को ना बेहतर भी नहीं होया। हाँ माजी माजी हुंदा है जरा गुजर गया बेला या जिन्हों से पंजाबी पिछोकड़ कहने को पिछोकड़ इन्ना साडा किसे दा भी इन्ना अच्छा नहीं। अगर असि पिछे ध्यान मारिए तो असि गरीबान दी औलाद हाँ, असि कदों सरमायादार दी औलाद हाँ। अज असि अज मेरे बाप नूं की पता सी कि मेरा पुत्र कदी कैनेडा जाके बैठेगा हाँ। या मैनूं की पता सी कि मैं कदे ते टेक्नोलॉजी समझ लो या ये तरक्की समझ लो या जो भी समझ लो होर भी लोग आन के बैठे अज मैं या मेरी मेरी मैं तो कह कि मैनू इतने मेरी मादरी जुबान लेके आई जी। अगर मैं क्योंकि मैं पढ़िया नहीं मेरे को कोई ऐसा हुनर नहीं है बहुत ज़्यादा ना मैं प्रोफेसर हाँ लेकिन मैनू इस धरती से मेरी जुबान लेके आई जी। बाबा नज़मी जी तुसी अपनी जिंदगी के बारे जी स्ट्रगल की बारे सू थोड़ा जहा दस। बलदेव जी स्ट्रगल तो की करनी सी चूंकि मैं जिस वे लाहौरों कराची गया तो शायद कराची च मेरा कोई जानू नहीं सी। अच्छा एक रिश्ता सी अजीज थोड़ा जा मैं उत्थे उन्हें मैं मजदूरी दसी क्या मजदूरी कर लोगे मैं कोशिश मैं क्या जी मैं जाके देखिया मैं क्या जी मैं कर लाँ गया था गया तो मैं कुछ दिनों वास्ते पिछली स्ट्रगल तो बहुत है पिछले इंडस्ट्री च भी रहा उत्थे भी मजदूरियाँ कीतियाँ लेकिन जी कराची की खास मजदूरी भी कि जिस मैं कराची गया तो मैं कम शुरू मैं सड़क पर कम शुरू किया और सुबह तो लेके कम लभना तो फिर करना ये मेरी स्ट्रगल सी कि कम पहले सड़क पर तलाश करना जी। लोग आते सन गड्डिया का मैं कारोबार कर कम करना शुरू किया सत्त अठ दो चार साल उत्ते ही मैनू फिर एक मुशायरे का मौका मिले जिद मैं इनवॉल्व होया उत्थे ही मेरा फिर ट्रेड यूनियन दे नाल लीडरां दे नाल फिर मैं पीपल्स पार्टी च भी शामिल हो गया। मेरी पीपल्स पार्टी दे नाल उस जमाने च बेनजीर भुट्टो बहुत आ रही सी और उहदा बहुत ज़्यादा चर्चा सी असी मैं पीपल्स पार्टी दे विच शामिल हो गया और हर साल असी भुट्टो साहब दे मतलब कि असी मजार ते भी जाते रहे और मैं आखिरी शायर भी कई अरसा तक लाड़काने च आखिरी शायर रहा मतलब के तमाम लोगों तो बाद मतलब के उस अमीन फहीम शाह महमूद कुरैशी एतजाज अहसन जी हनीफ रामे साहब सारे इस तरह उत्थे मिलते रहे तो उस बाद मैं ट्रेड यूनियन फिर कुछ अच्छे बाद फिर मेरा पेपर मैं लिखना शुरू किया फिर मैं खिलाफ भी लिखना शुरू किया और जबकि मेरा इना सी कि मेरे उस जमाने पूरे पूरे पेज जेडे सी ओ अंग्रेजी अखबारों के छप रहे सन और उर्दू के अखबारों छप रहे सन और मैं सड़क से मजदूरी कर रहा सा मतलब कि मेरा मेरी मजदूरी इस तरह की सी कि मेरे इतों मुड़का छो के तो पैरों तक जाता सी कपड़े मेरे गिले हो जाते सन और बाजुकात शाम को मजदूरी लभदी सी कि सारा दिन नहीं लभी तो फिर मिट्टी कट्टे च धुएं च सड़क के उत्ते मजदूरी मैं उस जमाने लोगों दिया मजदूरी गड्डिया का कम करता सी पॉलिश का तो उदो चर्चा इन्ना सी कि मैनू उदो वेले की बेनजीर भी जानती सी और जरदारी साहब भी जानते सन तो सियासतदान सारे जिन्हें भी जिन्हें पाकिस्तान के सियासतदान सन वो मैं जानते सन लेकिन मैं मजदूरी कर रहा सा और मैं इदा भी ना कहना कि मैं किसी को भी मेरा घर नहीं बनया 35 साल के उत्थे कराची के आखिर मैं फिर लाहौर आना पाया क्योंकि मैं किसी भी हुकूमत को अज तक ये नहीं मैंने कहा कि मैं या किसी मिनिस्टर नू मेरे मिनिस्टर यार सन मत कह जो सैनेट का पिछले सा रजा रबानी साहब ये मेरे 30-35 साल के दोस्त ने सैनेट के चेयरमैन भी रहे इवन बेनजीर भुट्टो साहब मेरे मेरे लंडन च मेरी किताब का रूनुमाई दी उत्थे प्रोग्राम है सदारत बेनजीर साहब ने की एतजाज साहब ने कराचियों आ लाहौरों आके मेरे प्रोग्राम दी हनीफ रामे साहब ने लाहौरों आन के कराची मेरे प्रोग्राम दी उदो मिनिस्टर सन और कौमी सूबाई असम्बली के मैंबर सन सॉरी वो कि उन्होंने कहते हैं जी सूबाई असम्बली के स्पीकर तो उन्होंने मैं फोन किया रामे साहब आओ तो उन्होंने आए
ਆਣ ਕੇ ਉਹਨਾਂ ਨੇ ਲੇਕਿਨ ਮਜ਼ਦੂਰੀ ਨਹੀਂ ਮੈਂ ਛੱਡੀ, ਮਜ਼ਦੂਰੀ ਕਰ ਰਿਹਾ ਸਾਂ। ਮਜ਼ਦੂਰੀ ਮੈਂ ਜਿਹੜੀ ਛੱਡੀ ਉਹ ਮੈਂ ਸਨ ਲੰਡਨ 'ਚੋਂ ਮੈਂ 2007 'ਚ ਵਾਪਸ ਗਿਆ ਜਦੋਂ ਮੈਨੂੰ ਪੰਜਾਬੀ ਦੇ 60 ਸਾਲਾ ਅਵਾਰਡ ਦਾ ਅਵਾਰਡ ਮਿਲਿਆ ਸਕੋਟਲੈਂਡ 'ਚੋਂ। ਉੱਥੇ ਸੁਰਜੀਤ ਪਾਤਰ ਸਾਹਿਬ ਵੀ ਸਨ, ਮੈਂ ਵੀ ਸਾਂ, ਔਰ ਦੋਨਾਂ ਬੰਦਿਆਂ ਨੂੰ ਸਕੋਟਲੈਂਡ ਦੇ ਵਿੱਚ ਉਹ ਅਵਾਰਡ ਮਿਲਿਆ ਪੰਜਾਬੀ ਦੇ 60 ਸਾਲ। ਮਤਲਬ ਕਿ ਲੋਕਾਂ ਨੇ ਹਿੰਦੁਸਤਾਨ ਦੇ ਪਾਕਿਸਤਾਨ ਦੇ 60 ਸਾਲ ਮਨਾਏ, ਉਹਨਾਂ ਨੇ ਪੰਜਾਬੀ ਦੇ 60 ਸਾਲ ਮਨਾਏ, ਔਰ ਮੈਨੂੰ ਬੁਲਾ ਕੇ ਅਤੇ ਪਾਤਰ ਸਾਹਿਬ ਨੂੰ ਉੱਥੇ ਅਵਾਰਡ ਦਿੱਤਾ। ਪਰ ਉਸ ਤੋਂ ਬਾਅਦ ਜਾ ਕੇ ਮੈਂ ਫਿਰ ਲਾਹੌਰ ਚਲਾ ਗਿਆ। ਉਸ ਤੋਂ ਬਾਅਦ ਮੁਸ਼ਕਿਲ, ਮਤਲਬ ਕਿ ਮੈਂ ਸਾਰੀ ਜ਼ਿੰਦਗੀ ਅੱਲਾਹ ਰਹਿਮ ਕਰੇ ਕਿ ਮੈਂ ਕਿਸੇ ਵੀ ਸਰਕਾਰ ਕੋਲੋਂ ਕੁਛ ਨਹੀਂ ਮਤਲਬ ਕਿ ਕਦੀ ਲਿਆ, ਨਾ ਕੋਈ ਜ਼ਮੀਨ ਦਾ ਟੋਟਾ ਜਾਂ ਜੋ ਕੁਛ ਨਹੀਂ। ਮੈਂ ਹੈਪੀ ਹਾਂ, ਮੈਂ ਬਹੁਤ ਅੱਛੀ ਜ਼ਿੰਦਗੀ ਗੁਜ਼ਾਰੀ। ਮੈਨੂੰ ਇੱਥੇ ਇੱਥੇ ਮੇਰੇ ਲਫ਼ਜ਼ ਦੋ ਚਾਰ ਜਗ੍ਹਾ 'ਤੇ ਹਮਦਰਦ ਦਾ ਲਫ਼ਜ਼ ਇਸਤੇਮਾਲ ਹੋਇਆ ਇੱਥੇ, ਔਰ ਮੈਨੂੰ ਬਹੁਤ ਬੁਰਾ ਲੱਗਾ। ਮੈਂ ਯਾਰ 70 ਸਾਲ ਮੈਂ ਆਪਣੇ ਮੁਲਕ 'ਚ ਗੁਜ਼ਾਰਿਆ, ਮੈਨੂੰ ਕਿਸੇ ਦੀ ਰੋਟੀ ਦੀ ਲੋੜ ਨਹੀਂ, ਮੈਨੂੰ ਕਿਸੇ ਇੰਨੇ ਹਮਦਰਦ ਦੀ ਲੋੜ ਨਹੀਂ। ਮੈਨੂੰ ਇਸ ਕਰਕੇ ਬੁਲਾਇਆ ਕਿ ਮਤਲਬ ਨਹੀਂ, ਮੈਂ ਤਾਂ 70 ਸਾਲ ਆਪਣੇ ਮੁਲਕ 'ਚ ਬਹੁਤ ਸੋਹਣੇ ਗੁਜ਼ਾਰੇ। ਮੈਂ ਰੋਟੀ ਰੋਟੀ ਖਾਧਾ ਤਾਂ ਖਾਧੀ ਤਾਂ ਜਿਉਣਾ ਪਿਆ ਨਾ, ਨਹੀਂ ਖਾਧੀ ਤੁਸੀਂ ਭੁੱਖਾ ਮਰ ਮਰ ਰਹੇ ਸੀ, ਐਸਾ ਨਹੀਂ। ਦੇਖੋ ਪਿਆਰ ਕਰੀ, ਪਿਆਰ ਕਰਨ ਦਾ ਤਰੀਕਾ ਹੁੰਦਾ, ਉਹਦਾ ਉਹਦੇ ਵੱਖਰੇ ਵੱਖਰਾ ਰੰਗ ਹੁੰਦਾ। ਅਤੇ ਠੀਕ ਹੈ, ਮੈਂ ਮਿਹਨਤ ਕੀਤੀ ਔਰ ਅੱਜ ਵੀ ਮੈਂ ਮਜ਼ਦੂਰ। ਹਾਂ, ਇੱਕ ਦਫ਼ਾ ਮੈਂ ਇੱਕ ਰੇਡੀਓ ਟੀ ਵੀ 'ਚ ਮੁਲਾਜ਼ਮ ਹੋ ਗਿਆ ਕਰਾਚੀ। ਅੱਛਾ ਸਾਹਿਬ, ਅਤੇ ਉਹ ਉੱਥੇ ਮੈਨੂੰ ਸਰ ਸੈਦ ਸਰਫਰਾਜ਼, ਉਹਦਾ ਚੈਨਲ ਦਾ ਨਾਂ ਸੀ ਆਪਣਾ ਚੈਨਲ, ਉੱਥੇ ਮੈਂ ਮੁਲਾਜ਼ਮ ਹੋ ਗਿਆ। ਮੈਨੂੰ ਲੰਡਨ ਤੋਂ ਪੈਗਾਮ ਆ ਗਿਆ ਕਿ ਆਣ ਕੇ ਇੱਥੇ ਮੁਸ਼ਾਇਰਾ ਪੜੋ ਲੰਡਨ। ਮੈਨੂੰ ਜਾਣ ਪਿਆ, ਮੈਂ 15 ਦਿਨ ਦੀ ਛੁੱਟੀ ਲੈ ਕੇ ਗਿਆ। ਤੀਸਰੇ ਮੈਨੂੰ ਕੋਈ 3 ਮਹੀਨੇ ਬਾਅਦ ਦੋਸਤਾਂ ਨੇ ਆਉਣ ਨਹੀਂ ਦਿੱਤਾ, ਉੱਥੇ ਬਹੁਤ ਪਿਆਰ ਕਰਦੇ ਨੇ ਲੰਡਨ ਵਾਲੇ ਮੇਰੇ ਨਾਲ। ਉਹ ਮੈਂ ਜਦੋਂ ਵੀ ਜਾਵਾਂ ਤਾਂ 3-4 ਮਹੀਨੇ ਤੋਂ ਪਹਿਲੇ ਨਹੀਂ ਆਉਣ ਦਿੰਦੇ, ਪੱਕੇ ਮੈਂ 4 ਵਾਰਾਂ ਮੈਂ ਲੰਡਨ ਜਾ ਚੁੱਕਿਆ। ਉੱਥੋਂ ਵਾਪਸ ਆਇਆ ਅਤੇ ਮੈਂ ਚੈਨਲ 'ਤੇ ਗਿਆ, ਅਤੇ ਮੈਂ ਉਹ ਮੈਂ ਕਿਹਾ ਸੀ ਪੀਅਰ ਨੂੰ, ਮੈਂ ਕਿਹਾ ਯਾਰ ਅੰਦਰ ਕਹੋ ਕਿ ਬਾਬਾ ਨਜ਼ਮੀ ਆ ਨੇ ਸਰਫਰਾਜ਼ ਦੇ ਮਾਲਕ ਸਨ। ਉਹਨੇ ਕਿਹਾ ਅੱਛਾ, ਹਾਂ ਮੈਂ ਜੀ ਬਾਬਾ ਨਜ਼ਮੀ ਆ। ਉਹਨੇ ਕਿਹਾ ਕਿ ਅਜੇ ਟਾਈਮ ਨਹੀਂ ਹੈਗਾ ਅਤੇ ਕਾਹਦੇ ਬਾਅਦ ਆ। ਉਹ ਮੈਂ ਕਿੱਥੇ ਰਿਹਾ ਸੀ ਤਾਂ ਸੀ, ਅਤੇ ਫਿਰ ਮੈਂ ਸਿੱਧਾ ਪੌੜੀਆਂ ਨੂੰ ਮੁੜ ਕੇ ਗਿਆ ਹੀ ਨਹੀਂ, ਚੈਨਲ ਹੀ ਛੱਡ ਦਿੱਤਾ, ਮੈਂ ਗਿਆ ਹੀ ਨਹੀਂ। ਤਾਂ ਫਿਰ ਆਪਣਾ ਬੈਗ ਫੜ ਕੇ ਜਾਇਆ ਸੀ, ਉੱਥੇ ਰੋਡ 'ਤੇ ਚਲਾ ਗਿਆ। ਮੈਨੂੰ ਇਸ ਚੀਜ਼ ਦਾ ਕੋਈ ਨਹੀਂ, ਮੈਨੂੰ ਕੀ ਲੱਗੀ, ਮੈਂ ਤਾਂ ਹੱਥਾਂ ਦੇ ਨਾਲ ਮਜ਼ਦੂਰੀ ਕਰਕੇ ਖਾਧੀ, ਬੱਚੇ ਪਾਲੇ, ਠੀਕ ਹੈ, ਸ਼ੁਕਰ ਹੈ, ਮੈਂ ਖੁਸ਼ ਹਾਂ। ਮੈਂ ਕੋਈ ਮੈਨੂੰ ਇਹਦੇ 'ਚ ਕੋਈ ਆਰ ਨਹੀਂ ਹੈ ਕਿ ਮੈਂ ਦੱਸ ਰਿਹਾ ਕਿ ਮੈਂ ਕੀ ਕਰਦਾ ਰਿਹਾ। ਮੈਂ ਜਦ ਮੈਂ ਕੀਤਾ ਤਾਂ ਕਿਉਂ, ਮੇਰੇ ਬੈਨਰਾਂ 'ਤੇ ਸ਼ੇਰ ਲਿਖੇ ਹੋਏ ਨੇ, ਆ ਰਹੇ ਨੇ ਮਜ਼ਦੂਰ ਨਾਰੇ ਮਾਰਦੇ ਹੋਏ ਲਾਹੌਰ ਦੇ ਅਫਸਰ ਕਰਾਚੀ ਦੇ ਵਿੱਚ। ਮੈਂ ਅੱਗੇ ਮਜ਼ਦੂਰੀ ਕਿਹਾ, ਬਾਬਾ ਜੀ ਉਹ ਤੁਹਾਡਾ, ਮੈਂ ਲਿਖਿਆ ਠੀਕ ਹੈ ਓਕੇ। ਪ੍ਰੈਸ ਕਲੱਬ ਕਰਾਚੀ ਦੇ ਲੋਕਾਂ ਨੇ, ਸਾਫੀਆਂ ਨੇ, ਲਾਹੌਰ ਦੇ ਸਾਫੀਆਂ ਨੇ, ਕਰਾਚੀ ਦੇ ਬੜਾ ਪਿਆਰ ਕੀਤਾ ਜੀ। ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ ਕਿ ਮੇਰੇ ਨਾਲ ਬਹੁਤ ਮੁਹੱਬਤ ਕੀਤੀ ਔਰ ਮੈਨੂੰ ਛਾਪਿਆ। ਖਸੂਸਨ ਗੱਲ ਕਿ ਉਹ ਪਰੂਫ ਹੈ ਮੇਰੇ ਕੋਲ ਕਿ ਮੈਨੂੰ ਪੰਜਾਬੀ ਛਪਵਾਈ, ਮੈਂ ਇਹ ਮੇਰਾ ਮਤਲਬ ਮੇਰਾ ਰਿਕਾਰਡ ਹੈ ਕਿ ਸ਼ਾਇਦ ਕੋਈ ਪੰਜਾਬੀ ਪੋਇਟ ਕੋਈ ਵੀ ਪਾਕਿਸਤਾਨ ਦਾ ਇੰਨਾ ਨਹੀਂ ਛਪਿਆ ਜਿੰਨਾ ਮੈਂ ਛਪਿਆ ਅਖਬਾਰਾਂ ਦੇ ਵਿੱਚ ਜੀ। ਇਹ ਮੇਰਾ ਔਰ ਵੱਡੇ ਤੋਂ ਵੱਡਾ ਮਤਲਬ ਡਾਊਨ ਬਹੁਤ ਵੱਡਾ ਅਖਬਾਰ ਹੈ ਸਾਡੇ ਪਾਕਿਸਤਾਨ ਦਾ, ਦੀ ਨਿਊਜ਼ ਔਰ ਜੰਗ, ਨਵਾਏ ਵਕਤ, ਐਕਸਪ੍ਰੈਸ, ਦੁਨੀਆ, ਸਾਰੇ ਚੈਨਲਸ ਨੇ ਬਹੁਤ। ਮੇਰੀ ਸਭ ਤੋਂ ਖਬਰ ਜੀਓ ਨੇ ਪਹਿਲੇ ਦਿੱਤੀ ਸੀ ਜਦੋਂ ਮੇਰਾ ਮੁਜੱਸਮਾ ਲੱਗਾ ਸੀ ਜੀ ਇੰਡੀਆ ਦੇ ਵਿੱਚ। ਪਤਾ ਮੋਗਾ ਦੇ ਵਿੱਚ ਮੁਜੱਸਮਾ ਲੱਗਾ ਹੋਇਆ ਮੇਰਾ, ਜਿਹੜਾ ਮਨਜੀਤ ਸਿੰਘ ਗਿੱਲ ਨੇ ਲਾਇਆ 2015 ਦੇ ਵਿੱਚ। ਮੈਂ ਤਾਂ ਗੱਲਾਂ ਨਹੀਂ ਸੀ ਕਰਨੀ ਚਾਹੁੰਦੀ, ਉਹ ਲੱਗ ਗਿਆ ਠੀਕ ਹੈ। ਉਹਨਾਂ ਨੇ ਮੁਜੱਸਮਾ ਲਾਇਆ, ਸਭ ਤੋਂ ਪਹਿਲਾਂ ਮੁਜੱਸਮਾ ਮੋਗੇ ਦੇ ਵਿੱਚ ਮਨਜੀਤ ਸਿੰਘ ਗਿੱਲ ਨੇ। ਮੈਂ ਉਹਨੂੰ ਮੁਜੱਸਮਾ ਨਹੀਂ ਕਹਿੰਦਾ, ਲੋਕ ਉਹਨੂੰ ਮੁਜੱਸਮਾ ਕਹਿੰਦੇ ਨੇ ਜਾਂ ਸਟੈਚੂ ਕਹਿੰਦੇ ਜੋ ਵੀ, ਮੈਂ ਉਹਨੂੰ ਕਹਿੰਦਾ, ਮੈਂ ਉਹਨੂੰ ਅਲਮ ਦਾ ਅਮਨ ਦਾ ਅਲਮ ਕਹਿੰਦਾ। ਮੇਰਾ ਮੁਜੱਸਮਾ ਜਿਹੜਾ ਨਾ ਸਟੈਚੂ, ਉਹ ਸਟੈਚੂ ਨਹੀਂ ਹੈ ਮੇਰਾ, ਉਸ ਬੰਦੇ ਨੇ ਅਮਨ ਦਾ ਇੱਕ ਅਲਮ ਲਾਇਆ ਹੈ, ਕਿਉਂਕਿ ਪਹਿਲੇ ਉਹਨੇ ਇੱਕ ਪਾਕਿਸਤਾਨੀ ਸ਼ਾਇਰ ਦਾ ਉਸ ਇਲਾਕੇ 'ਚ ਮੁਜੱਸਮਾ ਲਾਇਆ। ਇਹ ਬਹੁਤ ਵੱਡੀ ਗੱਲ ਹੈ ਔਰ ਜ਼ਿੰਦਾ ਦਾ ਮੋਇਆ ਦੇ ਤਾਂ ਲੱਗਦੇ ਨੇ, ਲੇਕਿਨ ਜ਼ਿੰਦਾ ਦਾ ਪਹਿਲਾ ਮੁਜੱਸਮਾ ਜਿਹੜਾ ਉੱਥੇ ਲੱਗਾ ਹੈ, ਇਹ ਉਹਦੀ ਮੁਹੱਬਤ ਹੈ। ਔਰ ਮੇਰਾ ਉਹਨਾਂ ਹੁਣੇ ਇੰਡੀਆ ਵੈਨਕੂਵਰ ਦੇ 'ਚ ਮੁੰਡਾ ਆਇਆ, ਪਰਮ
ਜਰਨੈਲ ਸਾਹਿਬ ਦਾ ਪੁੱਤਰ ਪੇਂਟਿੰਗ ਬਣਾ, ਉਹਨੇ ਪੇਂਟਿੰਗ ਬਣਾ ਕੇ ਦਿੱਤੀ ਮੈਨੂੰ ਵੈਨਕੂਵਰ 'ਚ। ਮੈਂ ਪੇਂਟਿੰਗ ਦੇਖ ਕੇ ਹੈਰਾਨ ਹੋ ਗਿਆ, ਮੇਰੇ ਕੋਲ ਮੌਜੂਦ ਹੈ ਔਰ ਮੇਰੇ ਨਾਲ ਇੰਨੀ ਅਜ਼ੀਜ਼ ਹੈ ਉਹ, ਇੰਨੀ ਖੂਬਸੂਰਤ ਪੇਂਟਿੰਗ ਬਣਾ ਕੇ ਲਿਆ ਕਿ ਮੈਂ ਦੱਸ ਨਹੀਂ ਸਕਦਾ। ਮੈਂ ਤੁਹਾਨੂੰ ਦਿਖਾਵਾਂਗਾ ਕਿ ਮਜ਼ਾ ਆ ਗਿਆ। ਸਾਰੇ ਸਫ਼ਰ ਦੀ ਜਿਹੜੀ ਹੈ ਨਾ ਕੀਮਤ, ਉਹ ਪੇਂਟਿੰਗ ਹੈ। ਉਹ ਮੈਂ ਅੱਛਾ, ਇੱਕ ਹੋਰ ਆਇਆ ਬੰਦਾ ਜਿਹੜਾ ਨੇਵੀ 'ਚ ਉਹ ਕੋਈ ਕੰਮ ਕਰਦਾ ਜਹਾਜ਼ਾਂ ਦੇ ਮਹਿਕਮੇ 'ਚ, ਉਹ ਆਇਆ 300 ਮੀਲ ਦਾ ਸਫ਼ਰ ਕਰਕੇ ਮੇਰੇ ਵਾਸਤੇ ਆਇਆ। 300 ਮੀਲ ਚੱਲ ਕੇ ਕਾਰ 'ਚ ਆਇਆ, ਪਤਲਾ ਜਿਹਾ, ਪਤਾ ਨਹੀਂ ਸਰਦਾਰ ਕੌਣ ਸੀ, ਮੈਨੂੰ ਵਿਚਾਰਾ ਨਾਮ ਨਹੀਂ। ਉਹਨੇ ਮੇਰੀ ਪੇਂਟਿੰਗ ਬਣਾ ਕੇ ਲੈਂਦੀ ਮੇਰੀਆਂ ਹੀ ਕਵਿਤਾ ਦੇ ਵਿੱਚ। ਅੱਛਾ, ਮੇਰੇ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਨੇ ਪੇਂਟਿੰਗ ਬਣਾਈ ਜਿਹੜੀ ਉਹਨੇ ਮੈਨੂੰ ਪੇਸ਼ ਕੀਤੀ, ਉਹ ਮੇਰੀਆਂ ਕਵਿਤਾ ਲਿਖੀਆਂ ਹੋਈਆਂ ਸੀ ਉਹਦੇ ਆਲ ਦੁਆਲੇ। ਅਤੇ ਇਹ ਮੁਹੱਬਤਾਂ ਬਹੁਤ ਔਖੀਆਂ ਮੁਸ਼ਕਿਲ ਮਿਲਦੀਆਂ ਨੇ। ਉਹ ਬੜਾ ਇੱਕ ਪਿਆਰ ਕਰੇ ਤੇ ਮੈਨੂੰ ਕੀ ਪਤਾ ਕਿ ਉੱਥੇ ਕੌਣ ਵੈਨਕੂਵਰ 'ਚ ਕੌਣ ਰਹਿੰਦਾ, ਐਡਮਿੰਟਨ 'ਚ ਕੌਣ ਰਹਿੰਦਾ। ਉੱਥੋਂ ਦੇ ਲੋਕਾਂ ਨੇ ਇੰਨਾ ਪਿਆਰ ਕੀਤਾ ਕਿ ਬੀਬੀਆਂ ਨੇ ਵੀ ਔਰ ਦੋਸਤਾਂ ਨੇ ਵੀ, ਕਿ ਮੈਂ ਬਹੁਤ ਖੁਸ਼ ਹਾਂ, ਮੈਂ ਰਾਜ਼ੀ ਹਾਂ। ਰੱਬ ਸਭ ਨੂੰ ਸਲਾਮਤ ਰੱਖੇ ਅਤੇ ਜਿਉਂਦੇ ਰਹਿਣ। ਮੈਂ ਆਪਣੇ ਤਹਿ ਦਿਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਬੜੀ ਮੁਹੱਬਤ ਨਹੀਂ ਜੀ ਮੈਨੂੰ ਅੱਜ, ਮੈਨੂੰ ਬੀਬੀ ਦਾ ਪਰਮੀਤ ਦਾ ਨਾਂ ਭੁੱਲ ਗਿਆ, ਅਰਸ਼ਦ ਸਾਹਿਬ ਨੇ ਬਟ ਸਾਹਮਣੇ ਮੈਨੂੰ ਬੁਲਾਇਆ, ਕਿਹਾ ਵੀ ਸੀ ਕਿ ਅੱਜ ਤੁਹਾਡੇ ਕੋਲ ਜਾਣਾ ਔਰ ਮਿਲਣਾ ਔਰ ਅਸੀਂ ਬੈਠਣਾ, ਔਰ ਮੈਨੂੰ ਅੱਛਾ ਲੱਗਾ ਕਿ ਮੈਨੂੰ ਇੱਥੇ ਲੈ ਕੇ ਆਇਆ, ਤੁਹਾਡੇ ਰੂਬਰੂ ਕਰਵਾਇਆ। ਮੇਰੀ ਸ਼ਾਇਦ ਗੱਲ ਜੇ ਕਿਸੇ ਨੂੰ ਕੋਈ ਕੌੜੀ ਲੱਗੀ ਹੋਵੇ ਤਾਂ ਮੈਂ ਮਾਫ਼ੀ ਚਾਹਾਂਗਾ। ਬਾਹਰ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਜੇ ਚੰਗੀਆਂ ਲੱਗਣ ਤਾਂ ਇਹਨਾਂ ਨੂੰ ਕੁਛ ਥੋੜ੍ਹਾ ਜਿਹਾ ਅਸਰ ਲੈ ਲੈਣਾ। ਅਤੇ ਤੁਹਾਡੀ ਬੜੀ ਮੁਹੱਬਤ, ਜਿਉਂਦੇ ਰਹੋ, ਸਲਾਮਤ ਰਹੋ। ਅਸੀਂ ਇਸੇ ਤਰ੍ਹਾਂ ਹੀ ਅਗਲੇ ਹਫ਼ਤੇ ਕੋਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਥੈਂਕ ਯੂ ਜੀ।